ਜਸਟੀ ਵੀ ਦੇਖ ਰਹੇ ਹੋ ਤੁਸੀਂ, ਮੈਂ KP ਸਿੰਘ ਤੁਹਾਡਾ ਸਵਾਗਤ ਕਰਦਾ। ਕਾਂਗਰਸ ਦੇ ਉੱਤੇ ਇੱਕ ਵਾਰ ਫਿਰ 1984 ਸਿੱਖ ਕਤਲੇਆਮ ਦਾ ਪਰਛਾਵਾਂ ਜਿਹੜਾ ਉਹ ਮੁਸੀਬਤ ਬਣ ਗਿਆ ਹੈ। ਕਮਲਨਾਥ ਦਾ ਨਾਮ ਜਿਵੇਂ ਹੀ ਰੇਸ ਵਿੱਚ ਸ਼ਾਮਲ ਹੋਇਆ, ਉਵੇਂ ਹੀ ਸਿਆਸਤ ਭਾਕੀ ਕਮਲਨਾਥ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਬਣਾਏ ਜਾਣੇ ਚਾਹੀਦੇ ਕਿ ਨਹੀਂ ਬਣਾਏ ਜਾਣੇ ਚਾਹੀਦੇ, ਇਹ ਕਾਂਗਰਸ ਦਾ ਅੰਦਰੂਨੀ ਫੈਸਲਾ ਹੋ ਸਕਦਾ, ਪਰ ਸਿੱਖਾਂ ਨੂੰ ਇਸ ਫੈਸਲੇ 'ਤੇ ਇਤਰਾਜ਼ ਵੀ ਹੈ। ਇਹ ਸਭ ਦੇ ਵਿਚਾਲੇ ਸਿਆਸਤ ਇਸ ਦੇ ਭਾਕੀ ਹੈਗੀ। ਅਸੀਂ ਕੁਝ ਸਵਾਲ ਪੁੱਛਾਂਗੇ, ਕਮਲਨਾਥ 'ਤੇ ਕਲੇਸ਼ ਹੈ ਕੀ ਅਤੇ ਇਹ ਇਸ ਮੌਕੇ ਕਿਉਂ ਪਿਆ? ਅੱਜ ਬਹਿਸ ਜਿਹਨਾਂ ਬਿੰਦੂਆਂ 'ਤੇ ਕਰਨੀ, ਤੁਹਾਨੂੰ ਪਹਿਲਾਂ ਬਿੰਦੂ ਦੱਸਦੀ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਅਹੁਦੇ ਲਈ ਕਮਲਨਾਥ ਦੇ ਨਾਂ 'ਤੇ ਦਿੱਲੀ ਤੋਂ ਪੰਜਾਬ ਤੱਕ ਸਿਆਸਤ ਪਾਕੀ ਹੈ। 1984 ਸਿੱਖ ਕਤਲੇਆਮ ਦੇ ਰਕਾਬਗੰਜ ਮਾਮਲੇ 'ਚ ਕਮਲਨਾਥ ਦੀ ਸ਼ਮੂਲੀਅਤ ਦੱਸ ਇਹ ਵਿਵਾਦ ਸਾਰਾ ਖੜਾ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਭਾਜਪਾ DSCMC ਸਣੇ SCPC ਨੇ ਇਹ ਵਿਰੋਧ ਜਤਾਇਆ ਹੈਗਾ। DSCMC ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਰਾਹੁਲ ਗਾਂਧੀ ਨੂੰ ਉਸਦੀ ਚੇਤਾਵਨੀ ਦਿੱਤੀ ਹੈ। ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਸਣੇ ਖਹਿਰਾ ਧੜੇ ਨੇ ਵੀ ਕਾਂਗਰਸ 'ਤੇ ਨਿਸ਼ਾਨਾ ਲਗਾਇਆ। ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਪਲਟਵਾਰ ਕੀਤਾ, ਕਿਹਾ ਅਕਾਲੀ ਕਮਲਨਾਥ ਨੂੰ ਦਿੰਦੇ ਰਹੇ ਨੇ ਗੁਲਦਸਤੇ ਅਤੇ ਹੁਣ ਕਰਦੇ ਆ ਵਿਰੋਧ। ਤੇ ਇਸ ਸਭ ਤੇ ਸਿਆਸਤ ਕਹਿੰਦੀ ਕੀ ਪਹਿਲਾਂ ਸੁਣ ਲਈਏ। ਨਹੀਂ ਚਾਹੀਦਾ ਐਸੇ ਦਾਗੀ ਲੋਕ ਜਿਨ੍ਹਾਂ ਤੇ ਕੋਈ ਕਿਸੇ ਕਿਸਮ ਦੀ ਉਂਗਲ ਉੱਠਦੀ ਹੋਵੇ, ਇਲਜ਼ਾਮਬਾਜ਼ੀ ਹੁੰਦੀ ਹੋਵੇ। 1984 ਦੇ ਕਤਲੇਆਮ ਨੂੰ ਸਿੱਖ ਕਦੇ ਭੁਲਾ ਨਹੀਂ ਸਕਦੇ। ਸਿੱਖਾਂ ਦਾ ਇਸ ਦੇਸ਼ ਦੇ ਹਰ ਸੂਬੇ ਅੰਦਰ ਇੱਕ ਅਹਿਮ ਨਾਂ ਸਤਿਕਾਰ ਆ, ਅਤੇ ਜਾਣ ਬੁੱਝ ਕੇ ਉਹਨਾਂ ਦੇ ਜ਼ਖਮਾਂ 'ਤੇ ਕਿਸੇ ਨਾ ਕਿਸੇ ਤਰ੍ਹਾਂ ਨੂੰ ਛਿੜਕਣਾ ਮਤਲਬ ਚੰਗੀ ਗੱਲ ਨਹੀਂ ਹੈ। ਕਾਂਗਰਸ ਨੂੰ ਹੋਰ ਬਹੁਤ ਸਾਰੇ ਨੇਤਾ ਨੇ, ਹੋਰਾਂ ਨੂੰ ਵੀ ਤਾਂ CM ਬਣਾ ਸਕਦੇ ਨੇ। ਕੋਈ ਜ਼ਰੂਰੀ ਨਹੀਂ ਹੈ ਵੀ ਜਾਣ ਬੁੱਝ ਕੇ ਐਸੇ ਵਿਵਾਦਿਤ ਲੋਕਾਂ ਨੂੰ ਸਾਹਮਣੇ ਲਿਆਂਦਾ ਜਾਵੇ। ਜਬ ਜਬ ਗਾਂਧੀ ਪਰਿਵਾਰ ਸੱਤਾ ਮੇ ਆਤਾ ਹੈ, ਤਬ ਤਬ ਵੋ 1984 ਕੇ ਕਾਤਲੋਂ ਕੋ ਬਚਾਤਾ ਹੈ। ਅਬ ਰਾਹੁਲ ਗਾਂਧੀ ਦੁਆਰਾ, ਗਾਂਧੀ ਪਰਿਵਾਰ ਦੁਆਰਾ ਕਮਲਨਾਥ ਕੋ ਮੱਧਿਆ ਪ੍ਰਦੇਸ਼ ਕਾ ਮੁੱਖ ਮੰਤਰੀ ਕੇ ਤੌਰ ਪਰ ਉਸਕੋ ਯੇ ਤੋਹਫਾ ਦੇਣਾ, ਯੇ ਉਸਕੋ ਰਿਵਾਰਡ ਦੇਣਾ ਕਿ ਤੁਮਨੇ 1984 ਕੇ ਸਿੱਖ ਕਤਲੇਆਮ ਕੀਆ ਥਾ ਔਰ ਆਜ ਹਮ ਤੁਮੇ ਯੇ ਬੜਾ ਤੋਹਫਾ ਦੇਤੇ ਹੈ। ਰਾਹੁਲ ਗਾਂਧੀ ਉਨ ਲੋਗੋ ਕੋ ਯੇ ਮੈਸੇਜ ਦੇਣਾ ਚਾਹਤੇ ਹੈ ਜਿਨ੍ਹੋਂ ਨੇ ਸਿੱਖੋਂ ਕਾ ਕਤਲੇਆਮ ਕੀਆ ਹੈ ਕਿ ਆਜ ਵੀ ਹਮ ਉਨ ਕਾਤਲੋਂ ਕੇ ਸਾਥ ਖੜੇ ਹੈ, ਤੁਮੇ ਡਰਨੇ ਕੀ ਜ਼ਰੂਰਤ ਨਹੀਂ, ਤੁਮੇ ਪਰਵਾਹ ਕਰਨੇ ਕੀ ਜ਼ਰੂਰਤ ਨਹੀਂ, ਹਮ ਉਨਕੋ ਇਨਾਮ ਦੇਤੇ ਹੈ ਜਿਨ੍ਹੋਂ ਨੇ ਸਿੱਖੋਂ ਕਾ ਕਤਲੇਆਮ ਕੀਆ ਹੈ। ਮੈਂ ਗਾਂਧੀ ਪਰਿਵਾਰ ਕੋ ਯੇ ਚੇਤਾਵਨੀ ਦੇਣਾ ਚਾਹਤਾ ਹੂੰ। ਸਿੱਖ ਸ਼ਾਂਤੀ ਪਸੰਦ ਲੋਗ ਹੈ, ਪਰ ਜਬ ਜਬ ਵੀ ਕਿਸੀ ਨੇ ਹਮਾਰੇ ਸਾਥ ਦੁਸ਼ਮਨੀ ਡਾਲੀ ਹੈ, ਹਮਨੇ ਉਸਕਾ ਐਸਾ ਜਵਾਬ ਦਿਆ ਹੈ ਜੋ ਹਮੇਸ਼ਾ ਤੱਕ ਇਤਿਹਾਸ ਕੀ ਕਿਤਾਬੋ ਮੇਂ ਉਹ ਜਵਾਬ ਪੜਾਇਆ ਗਿਆ ਹੈ, ਹਮ ਡਰਨੇ ਵਾਲੇ ਨਹੀਂ। ਇਨਸਾਫ ਤੋ ਦਿਆ ਨਹੀਂ, ਅਬ ਕਾਂਗਰਸ ਜਿਨ ਲੋਗੋਂ ਨੇ ਜ਼ੁਲਮ ਕੀਆ ਉਨਕੋ ਮਹਾਮੰਡਿਤ ਕਰ ਰਹੀ ਹੈ। ਆਜ ਜਵਾਬ ਦੇਣਾ ਪੜੇਗਾ ਕਾਂਗਰਸ ਨੂੰ ਕਿ ਆਜ ਵੀ 1984 ਕੇ ਸਿੱਖ ਕਤਲੋ ਗਾਰਤ ਜਿਸਮੇ ਗੁਰਦੁਆਰੇ ਜਲਾਏ ਗਏ, ਮੰਦਿਰ ਜਲਾਏ ਗਏ, ਸ਼ਿਕਸ਼ਾ ਕੇ ਸਕੂਲ ਜਲਾਏ ਗਏ, ਕਾਲਜ ਜਲਾਏ ਗਏ, ਲੋਕੋ ਕੇ ਘਰ ਜਲਾਏ ਗਏ, ਲੋਕੋ ਕੇ ਗਲੋਂ ਗਲੋਂ ਮੇਂ ਟਾਇਰ ਡਾਲੇ ਗਏ ਸਿੱਖੋਂ ਕੇ, ਵੋ ਘਟਨਾਏ ਕਰਨੇ ਵਾਲੇ ਟਾਈਟਲਰ ਆਜ ਵੀ ਕਾਂਗਰਸ ਮੇਂ ਜਿੰਦਾ ਹੈ। ਕਾਂਗਰਸ ਮੇਂ ਇੱਕ ਬੜੀ ਪੋਸਟ ਪਰ ਹੈ, ਸੱਜਣ ਕੁਮਾਰ ਕਾਂਗਰਸ ਕੋ ਚਲਾ ਰਹੇ ਹੈ ਔਰ ਜਗਦੀਸ਼ ਟਾਈਟ ਆਪਣਾ ਔਰ ਆਜ ਕਮਲਨਾਥ ਕੋ ਮੁੱਖ ਮੰਤਰੀ ਬਣਾਨੇ ਕਾ ਕਾਰਜ ਜੋ ਕਾਂਗਰਸ ਕਰ ਰਹੀ ਹੈ, ਇਹ ਦੁਰਭਾਗਯਪੂਰਨ ਵੀ ਹੈ ਔਰ ਸਿੱਖੋਂ ਕੇ ਜ਼ਖਮੋਂ ਪਰ ਨਮਕ ਛਿੜਕਣੇ ਕਾ ਕਾਮ ਕੀਆ ਜਾ ਰਹਾ ਹੈ। ਅਸੀਂ ਕੈਪਟਨ ਅਮਰਿੰਦਰ ਸਿੰਘ ਜੀ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਜਿਹੜਾ ਕਮਲਨਾਥ ਨੂੰ ਮੁੱਖ ਮੰਤਰੀ ਬਣਾਇਆ ਜਾ ਰਿਹਾ ਮੱਧ ਪ੍ਰਦੇਸ਼ ਦਾ, ਤੁਹਾਡਾ ਇਹਦੇ ਬਾਰੇ ਸਟੈਂਡ ਕੀ ਹੈ? ਕਿਉਂਕਿ ਕਮਲਨਾਥ ਉਹ ਸ਼ਖਸ ਨੇ ਜਿਨ੍ਹਾਂ ਨੇ 1984 ਦੇ ਵਿੱਚ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਬਾਹਰ ਇੱਕ ਹਜੂਮ ਨੂੰ ਸਿੱਖ ਕਤਲੇਆਮ ਵਿੱਚ ਹਿੱਸਾ ਲਿਆ ਸੀਗਾ, ਔਰ ਇਹ ਤੱਥ ਜਿਹੜੇ ਨੇ ਇੰਡੀਅਨ ਐਕਸਪ੍ਰੈਸ ਦੇ ਬਹੁਤ ਵੱਡੇ ਰਿਪੋਰਟਰ ਸੰਜੇ ਸੂਰੀ ਜੀ ਔਰ ਨਾਨਾਵਤੀ ਜਿਹੜੀ ਕਮਿਸ਼ਨ ਦੀ ਰਿਪੋਰਟ ਹੈ ਉਹਦੇ ਵਿੱਚ ਉਹਨਾਂ ਦਾ ਨਾਮ ਆਇਆ, ਉਹਨਾਂ ਦੀ ਭੂਮਿਕਾ ਸ਼ੱਕੀ ਪਾਈ ਗਈ ਸੀਗੀ ਔਰ ਅਰਸੇ ਤੋਂ ਉਹਨਾਂ ਦਾ ਨਾਮ ਸਿੱਖ ਕਤਲੇਆਮ ਦੇ ਨਾਲ ਜੋੜਿਆ ਜਾ ਰਿਹਾ। ਕੈਪਟਨ ਅਮਰਿੰਦਰ ਸਿੰਘ ਜੀ ਸਿੱਖ ਆਗੂਆਂ ਦੇ ਖਿਲਾਫ ਤਾਂ ਬੜੀ ਛੇਤੀ ਆਪਣਾ ਵਿਰੋਧ ਕਰਦੇ ਨੇ। ਕੈਨੇਡਾ ਦਾ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਆਏ ਸੀਗੇ ਭਾਰਤ ਔਰ ਇਹਨਾਂ ਦੇ ਕੋਲ ਕੋਈ ਤੱਥ ਵੀ ਹੈ ਨਹੀਂ ਗੇ, ਕੋਈ ਸਬੂਤ ਨਹੀਂ ਸੀਗੇ, ਪਰ ਉਹਨਾਂ ਨੂੰ ਦੇਸ਼ ਵਿਰੋਧੀ ਦੱਸ ਕੇ ਇਹਨਾਂ ਨੇ ਉਹਨਾਂ ਦਾ ਬਹੁਤ ਮੁਖਾਲਫਤ ਕੀਤੀ, ਵਿਰੋਧ ਕੀਤਾ। ਪਰੰਤੂ ਕੀ ਕੈਪਟਨ ਅਮਰਿੰਦਰ ਸਿੰਘ ਰਾਹੁਲ ਗਾਂਧੀ ਜੀ ਨੂੰ ਕਹਿ ਕੇ ਅਤੇ ਕਮਲਨਾਥ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ? ਸਵਾਲ ਇੱਕ ਪੁੱਛਾਂਗੇ, ਸਵਾਲ ਅਸੀਂ ਇਹ ਪੁੱਛਾਂਗੇ, ਵੱਡਾ ਸਵਾਲ ਇਹ ਪੁੱਛਾਂਗੇ, 84 ਸਿੱਖ ਨਸਲਕੁਸ਼ੀ ਮਾਮਲਿਆਂ 'ਚ ਘਿਰੇ ਆਗੂਆਂ ਨੂੰ ਕਿਉਂ ਤਵੱਜੋ ਦੇ ਰਹੀ ਆ ਕਾਂਗਰਸ? ਇਸ ਸਵਾਲ 'ਤੇ ਬਹਿਸ ਕਰਾਂਗੇ। ਖਾਸ ਪੈਨਲ ਸਾਡਾ ਇੱਥੇ ਮੌਜੂਦ ਹੈ ਸਟੂਡੀਓ ਦੇ ਵਿੱਚ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਸਿੱਖ ਬੁੱਧੀਜੀਵੀ ਨੇ, ਡਾਕਟਰ ਢਿੱਲੋਂ ਤੁਹਾਡਾ ਬਹੁਤ ਸਵਾਗਤ ਹੈ, ਜਗਮੋਹਨ ਸਿੰਘ ਪੱਟੀ ਸੀਨੀਅਰ ਵਕੀਲ ਨੇ, ਪੱਟੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ, ਕੇਵਲ ਸਿੰਘ ਗਰਾ ਕਾਂਗਰਸ ਦੇ ਬੁਲਾ ਰਹੇ, ਕੇਵਲ ਸਿੰਘ ਤੁਹਾਡਾ ਬਹੁਤ ਸਵਾਗਤ ਹੈ, ਚੰਦ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਦੇ ਬੁਲਾ ਰਹੇ ਆ, ਚੰਦ ਸਿੰਘ ਬਰਾੜ ਤੁਹਾਡਾ ਬਹੁਤ ਸਵਾਗਤ ਹੈ, ਸਤਵੀਰ ਸਿੰਘ ਵਾਲੀ ਆਮ ਆਦਮੀ ਪਾਰਟੀ ਦੇ ਬੁਲਾ ਰਹੇ ਆ, ਸਤਵੀਰ ਸਿੰਘ ਵਾਲੀਆ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਕੇਵਲ ਸਿੰਘ ਗਰਾ ਤੁਹਾਨੂੰ ਕਰਨਾ ਚਾਹੁੰਗਾ, ਕੇਵਲ ਸਿੰਘ ਗਰਾ
ਤੁਸੀਂ 84 ਦੇ ਜ਼ਖਮਾਂ ਤੇ ਜਾਣ ਬੁੱਝ ਕੇ ਨਮਕ ਛਿੜਕਦੇ ਹੋ? ਨਹੀਂ, ਬਿਲਕੁਲ ਨਹੀਂ। ਇਸ 'ਚ ਸਿੱਧੀ ਗੱਲ ਇਹ ਹੈ ਕਿ ਜਿਹੜੇ ਕਮਲਨਾਥ ਜੀ ਹੈ ਉਹ ਮੱਧ ਪ੍ਰਦੇਸ਼ ਦੇ ਕਾਂਗਰਸ ਦੇ ਅਧਿਕਸ਼ ਸੀ, ਉਹਨਾਂ ਦੀ ਅਧਿਕਸ਼ਤਾ ਦੇ ਵਿੱਚ ਚੁਣਾਵ ਲੜਿਆ ਗਿਆ। ਹਾਲੇ ਤੱਕ ਮੁੱਖ ਮੰਤਰੀ ਤਾਂ ਕੋਈ ਫਾਈਨਲ ਨਹੀਂ ਹੋਇਆ, ਲੇਕਿਨ ਚਲੋ ਜੋ ਵੀ ਹੋਊਗਾ, ਜੇ ਉਹ ਹੋਣਗੇ ਫਾਈਨਲ ਤਾਂ ਵੀ ਉਹਨਾਂ ਦੇ ਸ਼ੱਕੀ ਭੂਮਿਕਾ, ਜਿਹੜੀ ਗੱਲ ਕਰ ਰਹੇ ਹੋ ਤੁਸੀਂ ਵੀ ਇਹ ਸ਼ੱਕੀ ਭੂਮਿਕਾ ਰਹੀ ਆ ਕਾਂਗਰਸ ਨੂੰ ਨਹੀਂ ਲੱਗਦੀ। ਦੇਖੋ ਇਹ ਮਾਮਲਾ ਸਬ ਜੁਡਿਸ ਹੈ, ਕੋਰਟ ਦੇ ਵਿੱਚ ਹੈ। ਨਹੀਂ ਫਿਰ ਤੁਸੀਂ ਐਂ ਕਿਉਂ ਕਹਿ ਰਹੇ ਹੋ? ਤੁਸੀਂ ਕਹਿ ਰਹੇ ਹੋ? ਨਹੀਂ, ਮੈਂ ਇਹ ਗੱਲ ਇਸ ਲਈ ਕਹਿ ਰਿਹਾ ਆਂਦੀ ਹੈ ਇਹ ਸਾਰੀ ਦੁਨੀਆ ਜਾਣਦੀ ਹੈ ਕਿ ਤੁਸੀਂ ਨਹੀਂ ਜਾਣਦੇ ਕਿ ਇਹ ਮਾਮਲੇ ਦੇ ਉੱਤੇ ਸ਼ੱਕ ਦਾ ਪ੍ਰਗਟਾਵਾ ਹੈ। ਹਾਂ, ਸ਼ੱਕ ਦੇ ਬਿਨਾਂ ਦੇ ਉੱਤੇ ਕਿਸੇ ਨੂੰ ਸਜ਼ਾ ਦੇਣਾ ਗਲਤ ਹੁੰਦਾ। ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਕਮਿਸ਼ਨ ਦੇ ਉੱਤੇ ਵੀ ਜਿਹੜੀ ਇਹ ਗੱਲ ਤੁਹਾਡੇ ਸਿਰਫ ਇਹ ਸ਼ੱਕੀ ਮਾਮਲਾ ਹੈ। ਨਹੀਂ, ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਕਿ ਜਦ ਤੱਕ ਮਾਮਲੇ ਦੇ ਉੱਤੇ ਕੋਈ ਵੀ ਕਲੈਰਿਟੀ ਨਹੀਂ ਆਉਂਦੀ ਤਦ ਤੱਕ ਆਪਾਂ ਇਹਨੂੰ ਸ਼ੱਕੀ ਦੇ ਹੀ ਮਾਮਲੇ 'ਚ ਗਿਣਿਆ ਜਾਊਗਾ। ਠੀਕ ਹੈ, ਮੈਂ ਕਿਹਾ ਤੁਹਾਨੂੰ ਵਾਪਸ ਆਉਂਗਾ ਤੁਹਾਡੇ ਕੋਲ। ਚੰਜੀ ਬਰਾੜ, ਮੈਂ ਵਾਪਸ ਆਉਂਗਾ। ਚੰਜੀ ਬਰਾੜ, ਸ਼੍ਰੋਮਣੀ ਅਕਾਲੀ ਦਲ ਦਾ ਇਹ ਮੁੱਦੇ 'ਤੇ ਕਾਂਗਰਸ ਨੂੰ ਘੇਰਨਾ ਜਾਇਜ਼ ਮੰਨਿਆ ਜਾ ਸਕਦਾ? ਤੁਹਾਡੇ ਸਹਿਯੋਗੀ ਵੀ ਜਾਇਜ਼ ਮੰਨਣਗੇ? ਚੰਜੀ ਬਰਾੜ, ਮੇਰਾ ਸਵਾਲ ਬੜਾ ਸਿੰਪਲ ਹੈ। ਮੇਰਾ ਸਵਾਲ ਇਹ ਹੈ ਕਿ ਕਮਲਨਾਥ ਨੂੰ ਸਿਰਫ ਮੁੱਖ ਮੰਤਰੀ ਅਹੁਦੇ ਤੋਂ ਰੋਕਣ ਦੇ ਲਈ ਮਸਲਾ ਚੱਕਿਆ ਗਿਆ? ਮੇਰੀ ਬੇਨਤੀ ਸੁਣ ਲਓ ਨਾ ਪਹਿਲਾਂ। ਜਦੋਂ ਪੰਜਾਬ ਦੇ ਪ੍ਰਭਾਰੀ ਲਾਏ ਆ, ਅਸੀਂ ਉਦੋਂ ਵੀ ਵਿਰੋਧਤਾ ਕੀਤੀ ਸੀ, ਅਤੇ ਵਿਰੋਧਤਾ ਕਰਨ ਦੇ ਜਦੋਂ ਵਿਰੋਧਤਾ ਕੀਤੀ ਅਤੇ ਫਿਰ ਉਹ ਪ੍ਰਭਾਰੀ ਤੋਂ ਹਟਾ ਦਿੱਤਾ ਗਿਆ ਸੀ। ਇਹਦਾ ਮਤਲਬ ਕੁਛ ਨਾ ਕੁਛ ਉਹਨਾਂ ਨੇ ਇਸ ਗੱਲ ਨੂੰ ਤਸਲੀਮ ਕੀਤਾ, ਸਾਡੀ ਵਿਰੋਧ ਨੂੰ ਦਰਜ ਕੀਤਾ ਅਤੇ ਤਾਂ ਹੀ ਹਟਾਇਆ ਨਾ। ਅੱਜ ਉਹਨਾਂ ਨੂੰ ਚੱਕ ਕੇ ਫਿਰ ਮੁੱਖ ਮੰਤਰੀ ਦੇ ਅਹੁਦੇ 'ਤੇ ਬਿਠਾ ਦਿੱਤਾ ਗਿਆ। ਹਾਲਾਂਕਿ 34 ਸਾਲ ਹੋ ਗਏ, ਇਨਸਾਫ਼ ਮਿਲਿਆ ਨਹੀਂ। ਪਰ ਜਿਹੜਾ ਇਨਸਾਫ਼ ਦੇਣ ਜਾਂ ਦਿਵਾਉਣ ਦੀ ਗੱਲ ਤਾਂ ਦੂਰ ਛੱਡੋ, ਜਿਹੜੇ ਬੰਦਿਆਂ ਦੇ ਨਾਮ ਵਿੱਚ ਵੱਜਦੇ ਆ ਉਹਨਾਂ ਨੂੰ ਉਲਟਾ ਵੱਡੇ ਵੱਡੇ ਅਹੁਦੇ ਦੇ ਕੇ ਉਹਨਾਂ ਨੂੰ ਜਿਹੜਾ ਹੈਗਾ ਵੱਡੇ ਅਹੁਦਿਆਂ 'ਤੇ ਬਿਠਾਇਆ ਜਾ ਰਿਹਾ। ਇਸ ਕਰਕੇ ਸਾਡਾ ਵਿਰੋਧ ਜਿਹੜਾ ਅਸੀਂ ਉਸ ਵੇਲੇ ਵੀ ਦਰਜ ਕੀਤਾ ਸੀ, ਪਹਿਲਾਂ ਵੀ ਦਰਜ ਕਰਦੇ ਹਾਂ, ਅੱਜ ਫਿਰ ਦਰਜ ਕਰਦੇ ਹਾਂ ਕਿ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਲੂਣ ਨਾ ਛਿੜਕੋ। ਕਾਂਗਰਸ ਪਾਰਟੀ ਬੜੀ ਵੱਡੀ ਪਾਰਟੀ ਹੈ, ਜਿਹਨੂੰ ਮਰਜ਼ੀ ਤੁਸੀਂ ਹੋਰ ਕਿਸੇ ਨੂੰ ਬਣਾ ਲਓ। ਕੇਵਲ ਸਿੰਘ, ਇਹ ਬੇਸਿਕਲੀ ਅਕਾਲੀਆਂ ਦੀ ਔਰ ਜਿਹੜੇ ਵਿਰੋਧੀ ਧੜੇ ਨੇ ਇਹਨਾਂ ਦੀ ਇੱਕ ਰਾਜਨੀਤੀ ਇਸੀ ਗੱਲ 'ਤੇ ਨਿਰਭਰ ਕਰਦੀ ਹੈ ਕਿ ਉਹ ਇਸ ਗੱਲ ਦੇ ਸਵਾਲ ਵਾਰ ਵਾਰ ਚੱਕ ਚੱਕ ਕੇ ਔਰ ਇਸ ਗੱਲ ਦੇ ਵਿੱਚ ਕਾਂਗਰਸ ਨੂੰ ਘੇਰਿਆ ਜਾਵੇ। ਹੋਰ ਕੁਛ ਮਤਲਬ ਨਹੀਂ ਹੈਗਾ। ਅਕਾਲੀਆਂ ਦਾ ਮਤਲਬ ਹੀ ਸਿਰਫ ਇਹ ਹੈ ਵੀ 84 ਦੇ ਵਿੱਚ ਕਤਲੇਆਮ ਨਹੀਂ ਕਰਾਇਆ ਸੀ ਕਾਂਗਰਸ ਨੇ, ਕਾਂਗਰਸ ਨੂੰ ਘੇਰਿਆ ਜਾਵੇ। ਕਤਲੇਆਮ ਨਹੀਂ ਸੀ ਕਰਾਇਆ, ਮੈਂ ਇਸ ਗੱਲ 'ਤੇ ਕਹਿ ਨਹੀਂ ਰਿਹਾ। ਮਾਮਲਾ ਸਬ ਜੁਡਿਸ ਹੈ, ਲੇਕਿਨ ਆਹ ਜਿਹੜਾ ਚੰਦੂ ਮਾਜਰਾ, ਮਨਜੀਤ ਸਿੰਘ ਸਿਰਸਾ, ਬੀਜੇਪੀ ਦੇ ਤਰੁਣ ਚੁੱਗ, ਇਹ ਸਾਰੇ ਜਿਹੜੇ ਇਹੀ ਹੈ ਕਿ ਵਿਰੋਧੀ ਧੜੇ ਦੇ ਹੈਗੇ ਆ, ਇਸ ਕਰਕੇ ਇਹਨਾਂ ਨੇ ਕਿਤੇ ਵੀ ਕੋਈ ਹੱਗ ਹੈਗਾ ਤਾਂ ਅੱਗ ਬਾਲਣ ਦਾ ਕੰਮ ਕਰਦੇ ਆ, ਹੋਰ ਇਹਨਾਂ ਨੂੰ ਕੋਈ ਕੰਮ ਨਹੀਂ ਹੈਗਾ। ਅੱਗੇ ਤੁਰਨ ਲਈ, ਪੰਜਾਬ ਇੱਕ ਵੱਡਾ ਸਟੇਟ ਹੈ, ਉਹਨੂੰ ਅੱਗੇ ਤੁਰਨ ਲਈ 100 ਕੰਮ ਕੀਤੇ ਜਾ ਸਕਦੇ ਨੇ। ਜਿਹੜਾ ਮਾਮਲਾ ਸਬ ਜੁਡਿਸ ਹੈ, ਜਦੋਂ ਕੋਰਟ ਦਾ ਫੈਸਲਾ ਆਏਗਾ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਏਗਾ। ਲੇਕਿਨ ਜਾਣ ਬੁੱਝ ਕੇ ਪ੍ਰਭਾਰੀ ਤੋਂ ਹਟਾਇਆ ਸੀ, ਫਿਰ ਇਹਨਾਂ ਕੋਈ ਉਂਗਲ ਨਹੀਂ ਉੜਦੀ ਸੀ, ਫਿਰ ਪ੍ਰਭਾਰੀ ਤੋਂ ਕਿਉਂ ਹਟਾਇਆ ਸੀ? ਇਹਨਾਂ ਦੀ ਰਾਜ ਫਿਰ ਪ੍ਰਭਾਰੀ ਤੋਂ ਕਿਉਂ ਹਟਾਇਆ ਸੀ? ਕਰਦੀ ਹੈ ਕਿ ਇਹ ਸਿਰਫ ਇੱਕੋ ਹੀ ਦੰਗੇ ਰਾਜਨੀਤੀ ਕਰਦੇ, ਇਹ ਰਾਜਨੀਤੀ ਕਰਦੇ, ਚਲੋ ਮੰਨ ਲਿਆ ਗੱਲ ਤੁਹਾਡੀ, ਇਹ ਰਾਜਨੀਤੀ ਕਰਦੇ ਆ ਤੁਸੀਂ। ਉਹ ਜਿਹੜੇ ਸ਼ੱਕੀ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ, ਤੁਸੀਂ ਉਹਨਾਂ ਨੂੰ ਅਹੁਦੇ ਦਿੰਦੇ ਹੋ? ਤੁਸੀਂ ਰਾਜਨੀਤੀ ਨਹੀਂ ਕਰ ਰਹੇ? ਉਹ ਸ਼ੱਕ ਦੇ ਬਿਨਾਂ ਤੇ, ਮੈਂ ਪਹਿਲਾਂ ਵੀ ਇਹੀ ਗੱਲ ਕਹੀ ਕਿ ਸ਼ੱਕ ਨੂੰ ਆਪਾਂ ਕਨਫਰਮ ਨਹੀਂ ਮੰਨਿਆ ਜਾ ਸਕਦਾ। ਠੀਕ ਹੈ, ਚੰਜੀ ਬਰਾੜ ਕੀ ਕਹਿਣਾ ਚਾਹੋ? ਮੈਂ ਇੱਕੋ ਹੀ ਗੱਲ ਕਹੂੰਗਾ ਕਿ ਕਾਂਗਰਸ ਪਾਰਟੀ ਕੋਲੇ ਕੀ ਲੀਡਰਾਂ ਦੀ ਥੋੜ੍ਹਾ ਨਹੀਂ, ਉਹਨਾਂ ਤਿੰਨਾਂ ਚਾਰਾਂ ਬੰਦਿਆਂ ਤੋਂ ਡਰਦੇ ਆ ਕਿ ਜੇ ਉਹਨਾਂ ਨੂੰ ਅਸੀਂ ਨਾ ਨਵਾਜਿਆ ਤੇ ਉਹ ਦਬਕੇ ਦੇ ਰਹੇ ਆ ਕਿ ਅਸੀਂ ਅਸਲੀਅਤ ਸਾਰੀ ਦੱਸਾਂਗੇ। ਸਤਵੀਰ ਡਰਦੇ ਇਸ ਗੱਲ ਤੋਂ ਅਹੁਦੇ ਦੇ ਰਹੇ ਆ, ਵਰਨਾ ਨਹੀਂ ਤਾਂ ਹੋਰ ਵੀ ਲੀਡਰ ਸਤਵੀਰ ਵਾਲਿਆ। ਆਮ ਆਦਮੀ ਪਾਰਟੀ ਦਾ ਕੀ ਟੇਕ ਹੈ ਇਸ ਤੇ? ਦੇਖੋ ਕੇਪੀ ਜੀ, ਆਮ ਆਦਮੀ ਪਾਰਟੀ ਨੇ ਪਹਿਲਾਂ ਵੀ ਜਦੋਂ ਪ੍ਰਭਾਰੀ ਪੰਜਾਬ ਦਾ ਲਗਾਇਆ ਗਿਆ ਸੀ ਕਮਲਨਾਥ ਜੀ ਨੂੰ, ਤਾਂ ਉਸ ਟਾਈਮ ਕਮਲਨਾਥ ਦੇ ਅਗੇਂਸਟ ਤੁਹਾਡਾ ਸਟੈਂਡ ਇਹੀ ਰਹੂਗਾ ਜੇ ਤੁਸੀਂ ਕਾਂਗਰਸ ਨਾਲ ਉੱਥੇ ਗੱਠਜੋੜ ਕਰਦੇ ਹੋ? ਸਾਡਾ ਕਾਂਗਰਸ ਨਾਲ ਕੋਈ ਗੱਠਜੋੜ ਨਾ ਹੋਣਾ ਹੈ, ਨਾ ਹੋਇਆ ਹੈ ਪਹਿਲਾਂ। ਤੁਸੀਂ ਨਾ ਕੋਈ ਇਹੋ ਜਿਹੀ ਗੱਲ ਕੀਤਾ, ਤੁਸੀਂ ਦਿੱਲੀ ਦਾ ਪੰਜਾਬ ਦਾ ਸਾਥ ਪਹਿਲਾਂ ਪਹਿਲਾਂ ਮੈਂ ਆਪਣਾ ਸਟੈਂਡ ਕਲੀਅਰ ਕਰ ਲਾਂ। ਤੇ ਉਸ ਟਾਈਮ ਵੀ ਪ੍ਰੋਟੈਸਟ ਕੀਤਾ ਸੀ ਆਮ ਆਦਮੀ ਪਾਰਟੀ ਨੇ, ਚਲੋ ਕਮਲਨਾਥ ਨੂੰ ਹਟਾ ਦਿੱਤਾ ਗਿਆ ਉਸ ਟਾਈਮ ਪੰਜਾਬ ਦੇ ਪ੍ਰਭਾਰੀ ਤੋਂ, ਤੇ ਉਸ ਤੋਂ ਬਾਅਦ ਹੁਣ ਫਿਰ ਆਪਣਾ ਆਮ ਆਦਮੀ ਪਾਰਟੀ ਨੇ ਆਪਣਾ ਸਟੈਂਡ ਤੁਹਾਡੇ ਸਾਹਮਣੇ ਰੱਖ ਹੀ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਇਸਦਾ ਵਿਰੋਧ ਕਰਦੀ ਹੈ। ਐਚ ਐਸ ਫੁਲਕਾ ਜੀ ਨੇ ਵੀ ਕਹਿ ਦਿੱਤਾ, ਦੇਖੋ 1984 ਤੋਂ ਲੈ ਕੇ ਅੱਜ 2018 ਚੜ੍ਹ ਗਿਆ, 541 ਕੇਸ ਨੇ, ਸਿਰਫ 13 ਜਿਹੜੇ ਉਹ ਇੱਕ ਤਰ੍ਹਾਂ ਦੇ ਕਤਲ ਕੀਤੇ ਸੀਗੇ ਉਹ 13 ਸਿਰਫ, ਹੁਣ ਤਾਂ 13 ਕੇਸ ਸੋਲਵ ਹੋਏ ਨੇ। ਤੇ ਇਹ ਜਿਹੜੀ ਢੀਂਗਰਾ ਸਾਹਿਬ ਗੱਲ ਕਰਦੇ ਨੇ ਕਿ ਸਿਰਫ ਆਰੋਪ ਨੇ, ਢੀਂਗਰਾ ਸਾਹਿਬ
एक रिपोर्टर ने एफीडेविट दे के स्टेटमेंट फाइल की हुई है कोर्ट च कि मेरे सामने सारा कुछ होया कमलनाथ उत्थे प्रेजेंट सीगा ये बिल्कुल क्लियर सीगा ये ते इस करके तुसीं हां तुसीं ये गल ना करो कि सिर्फ ये अफवाहां है या होर चीजां है। चलो मैं एक छोटा ब्रेक ले लवां, एक छोटा वक्फा लैने, वक्फे तो बाद वापस आवांगे। मध्य प्रदेश की सियासत का सिखां तक सेक क्यों पहुंच रहा है, इस नूं सिर्फ एक सियासत का मुद्दा बना के वरत्या तो नहीं जा रहा है, इन केड़ियां पार्टियां ने किवें भूमिका निभाई, सिखां नूं इंसाफ दऊगा कोई ये सियासी दल के नहीं दूगा, सवाल यह है। सिर्फ कमलनाथ कलेश पा के अज की बहस का मुद्दा तो नहीं बनाना चाहते कि बाकी मुद्दों तो ध्यान तो नहीं भटकाना चाहते। ब्रेक तो वापस आ के सारे सवाल होंगे। चलो सवाल अस ये पूछ रहे हैं, 84 सिख नसलकुशी मामले च घिरे आगुआं क्यों तवज्जो दे रही है कांग्रेस? डॉक्टर गुरदर्शन सिंह ढिल्लों, कमलनाथ के मामले में कांग्रेस कह रही है कि शक ही हैगा, तो शक की बिना पर किसी भी आगू को रोकया नहीं जा सकता गा। डॉक्टर गुरदर्शन ढिल्लों, उस वेले उस पी इमीजिएटली आफ्टर दिस मैसेकर या जेनोसाइड तो बाद दो बहुत एमिनेंट रिपोर्ट्स लिखी गई हैं। एक रजनी कोठारी सीगे, ही वॉज अ वेरी एमिनेंट पोलिटिकल साइंटिस्ट ते ह्यूमन राइट एक्टिविस्ट, उन्होंने पीपल्स यूनियन ऑफ फॉर डेमोक्रेटिक राइट्स उन्होंने एक ऑर्गेनाइजेशन सी, उन्होंने एक किताब लिखी सी हू आर द गिल्टी, जिहड़ी मिलियनज ऑफ कॉपीज़ उहदियां छपियां पंजाबी च ट्रांसलेट भी हुई हो, और उस तो अलावा इन्होंने इंडियन गवर्नमेंट ने इनिशियल स्टेजिस से उस वेले उन्हों बैन भी कर दिता सीगा। वो बड़ी ऑथेंटिक रिलायबल रिपोर्ट आ जिस दे विच कमलनाथ दे उत्ते सीधे तौर पर उंगली रखी गई है भी ही वॉज आलसो इनवॉल्व इन द मैसेकर ऑफ द सिक्स, जेनोसाइड ऑफ द सिक्स। दूसरी इंपॉर्टेंट रिपोर्ट आ सिटीजनस कमीशन एस एम सीकरी, जेडे फॉर्मर चीफ जस्टिस ऑफ इंडिया, ही वॉज नॉट एन ऑर्डिनरी परसन, He was a retired Chief Justice of India. उसने लिखी आ किताब, उसकी है डेली कोलन 31 अक्टूबर to 4 नवंबर 1984 रिपोर्ट ऑफ द सिटीजनस कमीशन। उस कल्ले एस एम सिकरी साहब नहीं सी, उस बहुत एमीनेंट बंदे सी जिन्होंने बहुत इंपॉर्टेंट पोजिशन होल्ड कीतियां सी गवर्नमेंट च और गवर्नमेंट तो बाहर, UN वगैरह च भी सीगे उन्होंने वह बंदे जिहड़े, उन्होंने रिपो अपनी रिपोर्ट के मिस्टर कमलनाथ को दोषी ठहराया। मैं समझना ये दो बहुत रिलायबल रिपोर्ट्स है और उन्होंने बंदियां को नहीं रिपोर्ट है जिन्हों का कोई बायस नहीं, जिन्हों का कोई प्रेजुडिस नहीं, जिहड़े इन्हां दी सियासी मजबूरी है, ये शक्की करना सियासी मजबूरी है, मैं नहीं उन्हें पता की मजबूरी है कि इन्हां दे विच ह्यूमन माइंड है या नहीं है, दिस इज अप टू नैतिकता है नहीं केवल चंगा तुहाडे च इंसानियत मर गई है नहीं, मैनूं गल कंप्लीट कर, गल पूरी करो तुसीं डॉक्टर लो। मैं उस रिपोर्ट का एक सेंटेंस पढ़ना चाहना, शायद टिंगरा साहब नूं पसंद आवे, उसका एक सेंटेंस है विच इज वर्थ मतलब लिसनिंग एंड वर्थ रिमैंबरिंग। इट वॉज ए रूथलैस मैसेकर द लाइक ऑफ विच नो आई हैव सीन, नो हार्ट कंसीव्ड एंड नो ह्यूमन टंग कैन एडिक्यूटली टैल। एक सेंटेंस दे विच इतना बड़ा एंग्विश, इतनी बड़ी ट्रेजडी का एक सेंटेंस दे च लिख देना, मैं समझदा एक ओ बंदा ही लिख सकदा। सिकरी साहब ने लिखा सी सिकरी दी रिपोर्ट दे विच, इन्नी सिक 8-9 बंदे सीगे, सिकरी वाज हेडिंग दैट रिपोर्ट, सिकरी साहब वाज हेडिंग दैट रिपोर्ट, ही वाज ए फॉर्मर चीफ जस्टिस ऑफ इंडिया, ही वाज नॉट एन ऑर्डिनरी परसन। उस तो अलावा भी 3-4 होर रिपोर्टां सीगियां, तो इस तो अलावा जिहड़े राजेंद्र सच्चर दी भी रिपोर्ट सी और वह मतलब इंपार्शल जुडिशियस माइंड सी, वह जज से हाई कोर्ट का दिल्ली हाई कोर्ट का जो मैसेकर सिखा का हो रहा कतलोगारत हो रही थी दिल्ली, तो दिल्ली तो बाहर, उसने की किया उसने सुओ मोटो नोटिस लिया, इमीजिएटली हिज रोस्टर वॉज चेंज, वो घरे गए सुओ मोटो नोटिस लैके तो सुबह आद्या उसका रोस्टर ही बदल दिता गया। सरकार का एक ऑर्गेनाइज मैसेकर सीगा जिस दे विच उस वेले की सरकार कांग्रेस टोटली इनवॉल्व सी, और मैं इतने एक गल होर इंपॉर्टेंट कहनी चाहना, बीजेपी भी टोटली उन्हों का साथ दे रही सी। मैं आऊँगा 48 केसिज रजिस्टर्ड आ दिल्ली ते मैट्रोपोलिटन पुलिस स्टेशन दे विच, जिदे च सीधे तौर दे उते RSS दे ते बीजेपी दे बंदियां दे नाउ लिखे हुए आ, हले तक ओह केस नंबर FI हां हां सब कुछ है। ठीक, मैं आऊँगा उस सवाल ते, मैं रटे लवाऊँगा उस सवाल। केवल टिंगरा, राजेंद्र सच्चर, रजनी कोठारी, सिकरी साहब,
नानावती कमीशन अजे भी तुम्हें शक ही लगता सब कुछ सामने सारा कुछ दसा ढिलो ने हमने मैं सुन ली सारी गल ढिलो साहब की लेकिन मैं ये भी सुन लिया कि हाले तक इस च कोई प्रूव नहीं किसी गल का होया सिर्फ एक रिपोर्ट है मैं भी यही गल कह रहा क्लीन चिट की गल कोर्ट देगी कोर्ट क्लीन चिट हर चीज की करती है कांग्रेस ने बड़े बड़े आदमी नैतिकता नहीं है कांग्रेस नैतिकता नहीं है इंसानियत खत्म हो गई कह रहे हो केपी सिंह जी कांग्रेस ने बड़े बड़े आदमी अगर जिदा नाम किते कॉमनवेल्थ विच आया चक के बाहर किता उनू दूजे किसी बड़े बंदे दा नाम आया कांग्रेस ने एक मैसेज कर मिला नहीं सकते तुसी गल सुन लो पहला केपी सिंह जी कांग्रेस दी जेड़ी सोच है अगर किसी आदमी दा किसी जगह दे उत्ते कोई भी आदमी गलत पाया जांदा है प्रूव हुंदा है कांग्रेस ओदे खिलाफ खुद एक्शन लेंदी है 2G स्पेक्ट्रम दे उत्ते कनी मोजी देश दा सारे डिबेट दा एक्शन ले कांग्रेस ने लेकिन अकाली दल और विरोधी धड़े सुन लो मेरी गल अकाली दल और जेड़े विरोधी धड़े अगर इन्हां दे कहण दे उत्ते एक्शन बगैर मतलब तो लिया जावे दिस इज रोंग जब तक कोई भी कन्विक्शन बाय कोर्ट नहीं होती जगमोहन पट्टी में तो होना सी पर एक मिनट रुको चंदी ब्राड ना सीकरी हु वाज सीकरी खिलाफ केस है जिहड़ा FIR दर्ज की जाए ਤੁਹਾਡੇ ਦਿੱਲੀ ਕਮੇਟੀ ਦੇ ਕਹਿਣ ਦੇ ਨਾਲ ਨਾਲ 1 ਅਗਸਤ 2016 ਤੋਂ ਹੁਣ ਤੱਕ ਕੀ ਕਾਰਵਾਈ ਹੋਈ ਗ੍ਰਹਿ ਮੰਤਰਾਲੇ ਵੱਲੋਂ ਇਹ ਵੀ ਸਵਾਲ ਦਾ ਜਵਾਬ ਦੇ ਦਿਓ ਇੱਕ ਸਵਾਲ ਦਾ ਇਹ ਵੀ ਜਵਾਬ ਦੇ ਦਿਓ ਕਿ ਤੁਹਾਡੀ ਭਾਈਵਾਲ ਭਾਜਪਾ ਵੀ ਇਸ ਵਿੱਚ ਇਨਵੋਲਵ ਹੈ ਕੀ ਆ ਉਹਦਾ ਕੀ ਜਵਾਬ ਦੇਵੋਗੇ ਇਹ ਦੋ ਸਵਾਲਾਂ ਦੇ ਜਵਾਬ ਦਿਓ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਮੈਂ ਇੱਕ ਬੇਨਤੀ ਕਰਦੇ ਹਾਂ ਜਿੰਨੀਆਂ ਢਿੱਲੋਂ ਸਾਹਿਬ ਨੇ ਸਾਰੀਆਂ ਗੱਲਾਂ ਬੜੇ ਪ੍ਰੂਫਾਂ ਸਹਿਤ ਦਿੱਤੀਆਂ ਹੈ ਔਰ ਉਸ ਤੋਂ ਵੀ ਅੱਗੇ ਇੱਕ ਜਿਹੜਾ ਮੌਕੇ ਦਾ ਗਵਾਹ ਚਸ਼ਮਦੀਦ ਗਵਾਹ ਹੈਗਾ ਪੱਤਰਕਾਰ ਪੁਰੀ ਸਾਹਿਬ ਜਿਨ੍ਹਾਂ ਨੇ ਕਿਹਾ ਕਿ ਸਾਰੇ ਸੰਜੇ ਸੂਰੀ ਮੈਨੂੰ ਕਿਸੇ ਨੇ ਨਹੀਂ ਸੰਜੇ ਸੂਰੀ ਚਲੋ ਖੈਰ ਹੋ ਸਕਦਾ ਮੈਂ ਗਲਤ ਮੈਨੂੰ ਕਿਸੇ ਨੇ ਭੇਜਿਆ ਮੈਂ ਇਹ ਬੇਨਤੀ ਕਰਾਂ ਕਿ ਉਹ ਚਸ਼ਮਦੀਦ ਗਵਾਹ ਹੈ ਉਹਦੇ ਸਾਹਮਣੇ ਉਹਨੇ ਕਿਹਾ ਕਿ ਜਿਹੜਾ ਸਾਹਮਣੇ ਤੇਲ ਪਾ ਕੇ ਜਿੰਦਾ ਜਿਹੜੇ ਸਿੱਖਾਂ ਨੂੰ ਸਾੜਿਆ ਗਿਆ ਉਹਦੇ ਵਿੱਚ ਕਮਲ ਨਾਥ ਉਹਨਾਂ ਦੀ ਅਗਵਾਈ ਕਰ ਰਿਹਾ ਸੀ ਇਹ ਗਵਾਹੀ ਕਮਿਸ਼ਨ ਕੋਲੇ ਹੋ ਚੁੱਕੀ ਹੈ ਸਿੱਟ ਕੋਲੇ ਦੁਬਾਰਾ ਜਿਹੜਾ ਕੇਸ ਹੈ ਇਹ ਰੀਓਪਨ ਹੋ ਚੁੱਕਿਆ ਔਰ 3-4 ਬੰਦਿਆਂ ਦੇ ਜਿਹੜੇ ਨਾਮ ਮੇਜਰ ਤੌਰ 'ਤੇ ਆ ਰਹੇ ਆ ਭਾਵੇਂ ਉਹ ਟਾਈਟਲਰ ਜਾਂ ਸੱਜਣ ਕੁਮਾਰ ਅਤੇ ਜਾਂ ਇਹਨਾਂ ਦਾ ਕਾਂਗਰਸ ਪਾਰਟੀ ਨੂੰ ਕੀ 3 ਬੰਦਿਆਂ ਤੋਂ ਬਿਨਾਂ ਇਹ ਪਾਰਟੀ ਚੱਲ ਨਹੀਂ ਸਕਦੀ ਨਹੀਂ ਉਹਦੇ ਪਿੱਛੇ ਕਾਰਨ ਇਹ ਹੈ ਕਿ ਉਹ ਸਾਰੀ ਸੱਚਾਈ ਦੱਸ ਦੇਣਗੇ ਡਰਾ ਕੇ ਇਹਨਾਂ ਤੋਂ ਉਹਦੇ ਲੈਂਦੇ ਨੇ ਜਿਹੜੇ ਜੇ ਮੰਨ ਲਓ ਪਹਿਲਾਂ ਵਾਲੇ ਨੂੰ ਕਿਹੜਾ ਉਹਦੇ ਦਿੱਤੇ ਨੇਗੇ ਟਿਕਟਾਂ ਦਿੱਤੀਆਂ ਰੌਲਾ ਪਿਆ ਕੀ ਕੁਛ ਹੋਇਆ ਮੰਤਰੀ ਤੱਕ ਬਣਾਉਣ ਦੀਆਂ ਗੱਲਾਂ ਗਈਆਂ ਇਸੇ ਤਰ੍ਹਾਂ ਹੁਣ ਕਮਲਨਾਥ ਨੂੰ ਹੈਗਾ ਇਸ ਕਰਕੇ ਮੈਂ ਫਿਰ ਇੱਕ ਤਰ੍ਹਾਂ ਦੀ ਬੇਨਤੀ ਕਰਾਂ ਵੈਸੇ ਤਾਂ ਇਹਨਾਂ ਤੇ ਹੈ ਨਹੀਂ ਕੋਈ ਹੈ ਦਇਆ ਨਹੀਂ ਤਾਂ ਉਦੋਂ ਕਰਦੇ ਹੀ ਨਾ ਐਡਾ ਵੱਡਾ ਕਤਲੇਆਮ ਮੇਰੇ ਦੋ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਤੁਸੀਂ ਇਹਨੂੰ ਵਾਪਸ ਲੈਣਾ ਚਾਹੀਦਾ ਕੋਈ ਹੋਰ ਕਿਸੇ ਪਾਸੇ ਦਿੱਤਾ ਗ੍ਰਹਿ ਮੰਤਰੀ ਨੂੰ ਚਿੱਠੀ ਲਿਖੀ ਹੋਈ ਆ ਤੁਹਾਡੇ ਵੱਲੋਂ ਰਿਮਾਈਂਡਰ ਵੀ ਭੇਜਿਆ ਗਿਆ ਦਿੱਲੀ ਕਮੇਟੀ ਦੇਈ ਪ੍ਰੈਸ ਰਿਲੀਜ਼ ਦੇ ਗੱਲ ਕਰੀ ਆ ਮੇਰੀ ਇਹ ਬੇਨਤੀ ਹੈ ਉਹਦੇ ਤੋਂ ਹੀ ਮੈਂ ਗੱਲ ਕਰਦਾ ਮੈਂ ਉਹੀ ਕਰਦਾ ਕਿ ਉਸ ਤੋਂ ਬਾਅਦ ਉਹ ਜਿਹੜਾ ਮਾਮਲਾ ਸਿੱਟ ਕੋਲੇ ਚਲਾ ਗਿਆ ਮਾਮਲਾ ਸਿੱਟ ਕੋਲੇ ਸਿੱਟ ਨੇ ਅੱਗੇ ਕੀ ਕੀਤਾ ਕੀ ਨਹੀਂ ਕੀਤਾ ਹਲੇ ਤੱਕ ਡਿਟੇਲ ਨਹੀਂ ਆ ਬੀਜੇਪੀ ਦੇ ਆਰਐਸਐਸ ਦੇ 48 ਬੰਦੇ ਵਿੱਚ ਦੇਖੋ ਜੇ ਆਰਐਸਐਸ ਦਾ ਜਾਂ ਜਿਹੜੇ ਵੀ ਬੰਦੇ ਸਾਡੇ ਸਿੱਖ ਭਰਾਵਾਂ ਦੇ ਕਤਲੇਆਮ ਦੇ ਦੋਸ਼ੀ ਹੈ ਮੈਂ ਸਮਝਦਾ ਕਿ ਅਦਾਲਤਾਂ ਨੂੰ ਤੁਰੰਤ ਜਿੰਨੀ ਤੇਜ਼ੀ ਨਾਲ ਕਾਰਵਾਈ ਕਰਕੇ ਜਿੰਨੀਆਂ ਵੀ FIR ਮੈਂ ਸਾਰੇ ਵਕੀਲ ਸਾਹਿਬਾਨਾਂ ਨੂੰ ਸਭ ਨੂੰ ਬੇਨਤੀ ਕਰੂੰਗਾ ਕਿ ਜੇ ਕੋਈ ਐਸਾ ਕੋਈ ਰਹਿ ਨਾ ਜਾਵੇ ਕੋਈ ਵੀ ਬੰਦਾ ਬਚਣਾ ਨਹੀਂ ਉਹਦੇ ਵਿੱਚ ਅਦਾਲਤਾਂ ਕਾਰਵਾਈ ਕਰਨ ਇਹਦੇ ਵਿੱਚ ਤੁਸੀਂ ਨੈਤਿਕਤਾ ਹੀ ਦੋਹੇ ਦਿੰਦੇ ਹੋ ਦੇਖੋ ਮੇਰੇ ਦੋ ਚੀਜ਼ਾਂ 'ਚ ਫਰਕ ਕਹਿਣਾ ਦੋ ਚੀਜ਼ਾਂ ਫਰਕ ਜੇ ਕੋਈ ਵੱਡੇ ਅਹੁਦੇ ਤੇ ਉਹ ਬੰਦਾ ਬੈਠਾ ਜਿਹਦਾ FIR 'ਚ ਨਾਂ ਹੈ ਮੈਨੂੰ ਨਾਂ ਲੈ ਕੇ ਦੱਸ ਦਿਓ ਅਸੀਂ ਹੁਣੇ ਮੰਗ ਕਰਾਂਗੇ ਠੀਕ ਹੈ ਮੈਂ ਆ ਰਿਹਾ ਇੱਕ ਮਿੰਟ ਇੱਕ ਗੱਲ ਬਰਾੜ ਸਾਹਿਬ ਦੀ ਦੇ ਸਾਹਮਣੇ ਰੱਖਣੀ ਚਾਹੁੰਦਾ ਇੱਕ ਤਾਂ ਬੰਦਾ ਡਾਇਰੈਕਟਲੀ ਇਨਵੋਲਵਡ ਆ ਇੱਕ ਬੰਦਾ ਦੇਖ ਕੇ ਅੱਖਾਂ ਮੀਚ ਰਿਹਾ ਮੈਂ ਸਮਝਦਾ ਦੋਨੇ ਗੁਨਾਹਗਾਰ ਆ ਅਟਲ ਬਿਹਾਰੀ ਵਾਜਪਾਈ ਜਿਹਨੂੰ ਤੁਸੀਂ ਬੜਾ ਪਾਇਸ ਸਮਝਦੇ ਹੋ ਬੜਾ ਨੇਕ ਸਮਝਦੇ ਹੋ ਬੜਾ ਤੁਸੀਂ ਸਮਝਦੇ ਹੋ ਬੜਾ ਸਟੇਟਸਮੈਨ ਆ ਉਹ 4 ਦਿਨ ਆਪਣੀ ਕੋਠੀ ਦੇ ਵਿੱਚ ਸ਼ਰਾਬ ਅਤੇ ਮੱਛੀਆਂ ਖਾਂਦਾ ਰਿਹਾ ਸ਼ਰਾਬ ਪੀਂਦਾ ਰਿਹਾ ਜੇ ਉਸ ਲੈਵਲ ਦਾ ਲੀਡਰ ਬਾਹਰ ਆ ਕੇ ਇਹ ਆਵਾਜ਼ ਦਿੰਦਾ ਵੀ ਆਓ 500-700 ਬੰਦਾ RSS ਦਾ BJP ਦਾ ਮੇਰੇ ਕੋਲ ਆਓ ਔਰ ਇਸ ਕਤਲੋਗਾਰਤ ਨੂੰ ਰੋਕੀਏ ਇੱਕ ਘੰਟੇ ਦੇ ਅੰਦਰ ਅੰਦਰ ਉਹ ਕਤਲੋਗਾਰਤ ਰੁਕ ਸਕਦੀ ਸੀ ਕਿਉਂਕਿ ਉਹਦਾ ਆਪਣਾ ਇੱਕ ਸਟੇਟਸ ਸਾਰੀਆਂ ਪਾਰਟੀਆਂ ਮਿਲੀਆਂ ਹੋਈਆਂ ਸਾਰੇ ਮਿਲੇ ਵੀ ਸਾਰਿਆਂ ਦੀ ਮਿਲੀ ਮੈਂ ਚੰਦਰ ਸ਼ੇਖਰ ਦੀ ਇੱਕ ਸਟੇਟਮੈਂਟ ਤੁਹਾਨੂੰ ਦੱਸਦਾ ਸਿੱਖ ਚੰਦਰ ਸ਼ੇਖਰ ਕੋਲ ਗਏ
ਜਦੋਂ ਕਤਲੋਗਾਰਤ ਹੋ ਰਹੀ ਸੀ ਉਹਨੂੰ ਕਹਿਣ ਲੱਗੇ ਵੀ ਤੂੰ ਆ ਉਹ ਪ੍ਰੋਕਲੇਮ ਕਰਦਾ ਸੀ ਨਾ ਮੈਂ ਸਿੱਖਾਂ ਦਾ ਹਮਦਰਦ ਆ, ਉਹਨੇ ਸਾਫ਼ ਜਵਾਬ ਦੇ ਦਿੱਤਾ, ਮੇਰੇ ਕੋਲ ਰਿਕਾਰਡਡ ਉਹਦੀ ਸਟੇਟਮੈਂਟ ਹੈਗੀ ਆ ਕਿ ਮੈਂ ਕ੍ਰਿਮੇਸ਼ਨ ਇੰਦਰਾ ਗਾਂਧੀ ਦੀ ਖਰਾਬ ਨਹੀਂ ਕਰਨੀ ਚਾਹੁੰਦਾ, ਇਸ ਕਰਕੇ ਮੈਂ ਨਹੀਂ ਇਹਦੇ ਚੰਗਾ ਜਗਮਨ ਭੱਟੀ ਇੱਕ ਮੈਂ ਫਟਾਫਟ ਜਵਾਬ ਦੇ ਦਿਓ ਤੁਸੀਂ, ਵੈਸੇ ਮੈਂ ਤੁਹਾਡੇ ਕੋਲ ਬੜੀ ਦੇਰੀ ਨਾਲ ਆ ਰਿਹਾ, ਇਸ ਮਾਮਲੇ ਦੇ ਵਿੱਚ ਕਾਨੂੰਨੀ ਬਦਲ ਵੀ ਵਿਚਾਰੇ ਜਾਣਗੇ, ਕਾਨੂੰਨ ਦੀ ਕੋਈ ਮਦਦ ਲਈ ਜਾ ਸਕਦੀ ਹੈ ਕਿ ਕਮਲਨਾਥ ਨੂੰ ਮੁੱਖ ਮੰਤਰੀ ਅਹੁਦਾ ਨਾ ਦਿੱਤਾ ਜਾਵੇ, ਹੈ ਕੋਈ ਇਹੋ ਜਿਹਾ? ਇਹ ਬਿਲਕੁਲ ਠੀਕ ਗੱਲ ਹੈ, ਕਾਨੂੰਨ ਦੀ ਮਦਦ ਲਈ ਜਾ ਸਕਦੀ ਹੈ, ਪਰ ਦੇਖਣਾ ਇਹ ਹੋਏਗਾ ਇਕਰਾਰ ਤੇ ਤਕਰਾਰ ਇਹ ਕੀ ਪੋਲੀਟਿਕਸ ਦੇ ਵਿੱਚ ਹੀ ਹੈ ਜਾਂ ਜੁਡੀਸ਼ਰੀ ਦੇ ਵਿੱਚ ਵੀ ਹੈ। ਜੁਡੀਸ਼ਰੀ ਦਾ ਵੀ ਦੇਖਿਆ ਤੁਸੀਂ, ਜਨਵਰੀ ਦੇ ਵਿੱਚ 4 ਸੁਪਰੀਮ ਕੋਰਟ ਦੇ ਮਾਣਯੋਗ ਜੱਜਾਂ ਨੇ ਆ ਕੇ ਚੀਫ ਜਸਟਿਸ ਦੀਪਕ ਮਿਸ਼ਰਾ ਦੇ ਖਿਲਾਫ ਜੋ ਵੀ ਉਹਨਾਂ ਨੇ ਕਿਹਾ ਸੀਗਾ ਵੀ ਸਭ ਕੁਝ ਠੀਕ ਨਹੀਂ ਅੰਦਰ, ਇਸ ਗੱਲ ਦੇ ਉੱਤੋਂ ਤੁਸੀਂ ਜੇ ਦੇਖੋ ਸਭ ਕੁਝ ਠੀਕ ਨਹੀਂ ਅੰਦਰ ਇਹਦਾ ਮੀਨਿੰਗ ਜੇ ਦੇਖੋ ਤਾਂ ਬੜੇ ਡੀਪ ਰੂਟਸ ਨੇ ਇਹਦੇ, ਔਰ ਇਸ ਮੁਤਾਬਕ ਅੰਦਾਜ਼ਾ ਲਾਇਆ ਜਾ ਸਕਦਾ ਹੈ ਜਿਹੜੀ ਸਾਡੀ ਜੁਡੀਸ਼ਰੀ ਹੈ ਉਸ ਨੂੰ ਵੀ ਪੋਲੀਟਿਕਸ ਨੇ ਹਾਈਜੈਕ ਕੀਤਾ ਹੋਇਆ, ਔਰ ਅਗਰ ਜੇ ਹਾਈਜੈਕਿੰਗ ਨਾ ਹੁੰਦੀ, ਜੇ ਪਾਕਿਸਤਾਨ ਜਿਹਨੂੰ ਅਸੀਂ ਬੜਾ ਭੈੜਾ ਔਰ ਨਖਿੱਧ ਦੇਸ਼ ਦੇ ਤੌਰ 'ਤੇ ਗਰਦਾਨਦੇ ਹਾਂ ਔਰ ਪਰਵਾਨਦੇ ਹਾਂ, ਆਪਣੇ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਵੀ ਉਹਨਾਂ ਬਾਰੇ ਖਬਰਾਂ ਆਉਂਦੀਆਂ ਨੇ, ਉਹਨਾਂ ਨੇ ਜਿਹੜਾ ਪਨਾਮਾ ਪੇਪਰ ਮਿਲ ਲੀਕ ਕੇਸ ਹੋਇਆ ਸੀ ਉਹਦੇ ਵਿੱਚ ਨਵਾਜ਼ ਸ਼ਰੀਫ ਜੀ ਨੂੰ 2 ਮਹੀਨੇ 'ਚ ਰੁਖਸਤ ਕਰ ਦਿੱਤਾ ਸੀ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ, ਅਤੇ ਸਾਡੇ ਵਿੱਚ ਕੀ ਕਮੀ ਹੈ? ਅਸੀਂ ਤਾਂ ਐਡੀ ਵੱਡੀ ਡੈਮੋਕ੍ਰੇਸੀ ਹਾਂ, ਅਸੀਂ ਕੌਂਸਟੀਟਿਊਸ਼ਨ ਵਰਸਿਜ਼ ਇੰਸਟੀਟਿਊਸ਼ਨ ਵਿੱਚ ਰੁਲ ਗਏ ਹਾਂ, ਅਗਰ ਜੇ ਕੌਂਸਟੀਟਿਊਸ਼ਨ ਹੈ, ਕੌਂਸਟੀਟਿਊਸ਼ਨ ਵੀ ਦੀ ਪੀਪਲ ਆਫ ਇੰਡੀਆ ਨੇ ਦਿੱਤਾ, ਔਰ ਬਾਕੀ ਜਿੰਨੀਆਂ ਕ੍ਰੀਏਸ਼ਨਸ ਹੈ ਇੰਸਟੀਟਿਊਸ਼ਨਲ ਜਿਹਦੇ ਵਿੱਚ ਸੁਪਰੀਮ ਕੋਰਟ ਵੀ ਹੈ, ਜਿਹਦੇ ਵਿੱਚ ਹਾਈ ਕੋਰਟਸ ਵੀ ਹੈ, ਜਿਹਦੇ ਵਿੱਚ ਪੋਲੀਟਿਕਸ। ਮੈਂ ਇਸ ਸਵਾਲ ਤੇ ਵਾਪਸ ਆਉਂਗਾ, ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਮੈਂ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਉਂਗਾ, ਇਸ ਸਵਾਲ ਤੇ ਰਵਾਂਗੇ। ਜੁਡੀਸ਼ਰੀ ਦੀ ਗੱਲ ਕੀਤੀ ਜਾ ਰਹੀ ਹੈ ਕਿ ਕਾਨੂੰਨ ਦੀ ਮਦਦ ਲਈ ਜਾ ਸਕਦੀ ਹੈ ਇਸ ਪੂਰੇ ਮਾਮਲੇ ਵਿੱਚ, ਇਹ ਸਿਆਸਤ ਹੈ, ਕਾਨੂੰਨ ਦੀ ਮਦਦ ਪਹਿਲਾਂ ਕਿੰਨੀ ਵਾਰ ਲਿੱਤੀ ਗਈ ਅਤੇ ਕਾਨੂੰਨ ਨੇ ਉਸ ਮਦਦ ਦੇ ਵਿੱਚ ਇਨਸਾਫ਼ ਕਿਹਨਾਂ ਦਿੱਤਾ ਹੈਗਾ? ਸਵਾਲ ਉਸ ਜੁਡੀਸ਼ਰੀ 'ਤੇ ਜਗਮੋਹਨ ਭੱਟੀ ਜਿਹੜੇ ਖੁਦ ਵਕੀਲ ਹੈਗੇ ਸੀਨੀਅਰ ਉਹ ਚੱਕ ਰਹੇ ਹੈਗੇ, ਅਸੀਂ ਨਹੀਂ ਚੱਕ ਰਹੇ। ਸਵਾਲ ਜੇ ਇਹ ਚੱਕ ਰਹੇ ਹੈ ਕਿ ਇਹਦਾ ਮਤਲਬ ਜੇ ਉਹ ਮਦਦ ਲੈਣ ਦੀ ਗੱਲ ਕੀਤੀ ਜਾ ਰਹੀ ਹੈ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਕੋਈ ਸ਼ੱਕ ਜ਼ਰੂਰ ਹੈਗਾ। ਬ੍ਰੇਕ ਤੋਂ ਵਾਪਸ ਆ ਰਹੇ ਹਾਂ। 84 ਸਿੱਖ ਨਸਲਕੁਸ਼ੀ ਮਾਮਲੇ 'ਚ ਕਿਰਿਆ ਆਗੂਆਂ ਨੂੰ ਕਿਉਂ ਤਵੱਜੋ ਦੇ ਰਹੀ ਹੈ ਕਾਂਗਰਸ ਇੱਕੋ ਸਵਾਲ ਕਰ ਰਹੇ। ਜਗਮੋਹਨ ਸਿੰਘ ਭੱਟੀ ਤੁਸੀਂ ਜਿਹੜੀ ਗੱਲ ਕਹਿ ਰਹੇ ਸੀ ਉਹਨੂੰ ਕੰਟੀਨਿਊ ਕਰ ਲਓ, ਅਤੇ ਇੱਕ ਸਵਾਲ ਹੋਰ ਵੀ ਹੈਗਾ ਕਿ ਜੁਡੀਸ਼ਰੀ 'ਤੇ ਤੁਸੀਂ ਆਪ ਹੀ ਸਵਾਲ ਚੁੱਕ ਰਹੇ ਹੈਗੇ ਆ, 34 ਸਾਲ ਹੋ ਗਏ ਇੰਤਜ਼ਾਰ ਕਰਦਿਆਂ ਨੂੰ। KP ਜੀ, ਅਗਰ ਜੇ ਪਾਕਿਸਤਾਨ ਦੀ ਸਾਡੀ ਗੁਆਂਢੀ ਦੇਸ਼ ਦੀ ਪਨਾਮਾ ਪੇਪਰ ਮਿਲ ਦੇ ਉੱਤੇ ਆਪਣਾ 2 ਮਹੀਨੇ 'ਚ ਕਾਰਵਾਈ ਕਰ ਸਕਦੀ ਹੈ, ਅਜੇ ਤੱਕ ਤਾਂ ਸਾਡੀ ਮਾਣਯੋਗ ਸੁਪਰੀਮ ਕੋਰਟ ਨੇ ਭਾਰਤ ਦੀ ਵੱਡੀ ਡੈਮੋਕ੍ਰੇਸੀ ਦੇ ਵਿੱਚ ਹੁੰਦਿਆਂ ਹੋਇਆਂ ਅਜੇ ਇੱਕ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਕੀਤੀ, ਉਹਨਾਂ 'ਤੇ ਆਪਣੇ ਪ੍ਰਧਾਨ ਮੰਤਰੀ ਨੂੰ ਕਿਹਾ ਚੱਲ ਬਈ ਤੂੰ ਚੱਲ ਤੁਰਦਾ ਬਾਹ ਨਾ, ਤੇਰੀਆਂ ਸੇਵਾਵਾਂ ਦੀ ਕੋਈ ਜ਼ਰੂਰਤ ਨਹੀਂ। ਅਗਰ ਜੇ ਅਸੀਂ ਆਪਣੇ ਖੱਬੇ ਪਾਸੇ ਨਿਗਾਹ ਕਰ ਲਈਏ, ਬੰਗਲਾਦੇਸ਼ ਖਾਲਦਾ ਜਿਆ ਨੂੰ ਵੀ ਉਹਨਾਂ ਨੇ ਕੈਦ ਕਰ ਦਿੱਤਾ, ਔਰ ਸਾਡੇ ਇਹ ਇੱਕ ਸਵਾਲ ਹੈ ਕਿ ਸਾਡੇ ਜੱਜ ਇਹ ਜ਼ੁਰਤ ਦਿਖਾਣਗੇ? ਕੀ ਪੋਲੀਟੀਸ਼ੀਅਨ ਕਦੀ ਕੈਦ ਹੋਣਗੇ? ਕੀ ਇਹ ਡਿਲੇਅ ਜਿਹੜੀ ਹੈ ਇਹਦੇ ਵਿੱਚ ਹੱਥ ਕਿਹਦਾ? ਵਿਦੇਸ਼ੀ ਹੱਥ ਹੈ, ਇੱਥੇ ਤਾਂ ਸਾਡੇ ਆਪਣਿਆਂ ਦਾ ਹੀ ਹੱਥ ਹੈ ਨਾ, ਇਹਦੇ 'ਚ ਤਾਂ ਅਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਵਿਦੇਸ਼ੀ ਹੱਥ ਹੈ। ਔਰ ਇਸ ਵਜ੍ਹਾ ਕਰਕੇ ਮਾਣਯੋਗ ਸੁਪਰੀਮ ਕੋਰਟ ਨੂੰ ਵਾਰ ਵਾਰ ਇਹ ਕਹਿਣਾ ਪੈਂਦਾ, ਕਈ ਵਾਰੀ ਕਹਿਣਾ ਪੈਂਦਾ, ਅਨੇਕਾਂ ਜੱਜਮੈਂਟਾਂ ਵਿੱਚ ਕਈ ਵਾਰੀ ਉਹ 4-4 ਵਾਰੀ ਰੋਜ਼ ਕਹਿ ਜਾਂਦੇ ਨੇ ਵੀ ਆਮ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਜੁਡੀਸ਼ਰੀ ਤੋਂ ਨਹੀਂ ਉੱਠਣਾ ਚਾਹੀਦਾ। ਇਹ ਗੱਲ ਕਹਿਣ ਦੀ ਨੌਬਤ ਕਿਉਂ ਆਈ? ਕਿਉਂਕਿ ਆਮ ਲੋਕਾਂ ਦਾ ਵਿਸ਼ਵਾਸ ਜਿਹੜਾ ਜੁਡੀਸ਼ਰੀ ਦੇ ਵਿੱਚ ਰਿਹਾ ਨਹੀਂ। ਔਰ ਤੁਸੀਂ ਕਹਿ ਰਹੇ ਹੋ ਆਮ ਲੋਕਾਂ ਦਾ ਵਿਸ਼ਵਾਸ ਨਹੀਂ ਰਿਹਾ ਹੈਗਾ, ਹੁਣ ਇਹ ਦਿੱਲੀ ਕਮੇਟੀ ਇਹ ਗੱਲ ਕਹਿ ਰਹੀ ਹੈ, ਮਨਜਿੰਦਰ ਸਿੰਘ ਸਿਰਸਾ ਇਹ ਗੱਲ ਕਹਿ ਰਹੇ, ਕਮਲਨਾਥ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਕਾਨੂੰਨੀ ਬਦਲ ਵੀ ਵਿਚਾਰੇ ਜਾਣਗੇ, ਇਹਦਾ ਮਤਲਬ ਹੈ ਕੀ ਹੈ ਫਿਰ? ਵਿਚਾਰੇ ਜਾਣ ਦਾ ਮਤਲਬ ਕੀ ਹੋਇਆ? 24 ਘੰਟੇ ਜਾਂ 20 ਘੰਟੇ 'ਚ ਜਾਂ 18 ਘੰਟੇ 'ਚ ਕਿਉਂ ਨਹੀਂ ਕਾਰਵਾਈ ਹੋ ਸਕਦੀ? ਕੀ ਵਕੀਲਾਂ ਦੀ ਕਮੀ ਹੈ ਜਾਂ ਨੌਲੇਜ ਦੀ ਕਮੀ ਹੈ? ਸਾਡੇ ਕੋਲ ਵਧੀਆ ਤੋਂ ਵਧੀਆ ਇੰਟੈਲੀਜੈਂਸੀ ਐਡਵੋਕੇਟਸ ਦਾ ਪਿਆ, ਅਗਰ ਜੇ ਸਾਡੀ ਨੀਅਤ ਦੇ ਵਿੱਚ ਸ਼ੱਕ ਜਾਂ ਖੋਟ ਜਾਂ ਕਿਸੇ ਤਰ੍ਹਾਂ ਦੀ ਵੀ ਸੁਸਤੀ ਜਾਂ ਅਲਗਰਜ਼ੀ ਹੈ ਤਾਂ ਉਸ ਦੇ ਲਈ ਜ਼ਿੰਮੇਵਾਰ ਕੌਣ ਹੈ? ਸਤਵੀਰ ਵਾਲੀਆ ਤੁਸੀਂ ਵੀ ਆਮ ਆਦਮੀ ਪਾਰਟੀ ਦੇ ਵੈਸੇ ਤਾਂ ਬੁਲਾ ਰਹੇ ਹੋ, ਤੁਸੀਂ ਨਾਲ ਵਕਾਲਤ ਵੀ ਚੰਗੀ ਤਰ੍ਹਾਂ ਸਮਝਦੇ ਹੈਗੇ। ਸਤਵੀਰ ਵਾਲੀਆ, ਜੁਡੀਸ਼ੀ 'ਤੇ ਜਿਹੜਾ ਸਵਾਲ ਉੱਠ ਰਿਹਾ ਹੈਗਾ, ਇਸ ਸਵਾਲ ਦੇ ਵਿਚਾਲੇ ਇਹ ਸਿਰਫ ਸਿਆਸਤ ਹੋ ਰਹੀ ਹੈ ਨਾ, ਇਸ ਤੋਂ ਇਲਾਵਾ ਕੁਛ ਹੋ ਰਿਹਾ? ਤੁਸੀਂ ਲੋਕ ਵੀ ਕਰ ਰਹੇ ਹੋ? ਨਹੀਂ ਦੇਖੋ, ਨੋ ਡਾਊਟ ਜੁਡੀਸ਼ਰੀ ਨੇ ਕਿਤੇ ਨਾ ਕਿਤੇ, ਜਿਵੇਂ ਭੱਟੀ ਸਾਹਿਬ ਨੇ ਵੀ ਕਿਹਾ, 4 ਜੱਜਿਸ ਨੇ ਸਾਹਮਣੇ ਆ ਕੇ ਆਪਣਾ ਦੁੱਖ ਦੱਸਿਆ ਕਿ ਜੁਡੀਸ਼ਰੀ ਹਾਈ ਲੈਵਲ ਤੱਕ ਸੁਪਰੀਮ ਕੋਰਟ ਤੱਕ ਕਿਵੇਂ ਇਨਫਲੂਐਂਸ ਜਿਹੜੀ ਹੋ ਚੁੱਕੀ ਹੈ। ਮੈਂ ਸਾਰੇ ਜੱਜਾਂ ਨੂੰ ਨਹੀਂ ਕਹੂੰਗਾ, ਕੁਛ ਜਿਹੜੇ ਜਿਨ੍ਹਾਂ ਬਾਰੇ ਜ਼ਿਕਰ ਵੀ ਹੋਇਆ। ਸੋ ਹੁਣ ਉਹੀ ਗੱਲ ਕਰੀਏ, ਇਹ 9 ਸਾਲ ਕਿਉਂ ਇਨਸਾਫ ਨੂੰ ਹਾਲੇ ਤੱਕ ਨਹੀਂ ਮਿਲਿਆ, ਕਿਉਂ ਲੱਗ ਗਏ? ਕਿਉਂਕਿ ਵੱਡੇ ਵੱਡੇ ਲੋਕ, ਵੱਡੇ ਵੱਡੇ ਲੀਡਰ ਇਸ ਇਨਵੋਲਵ ਸੀਗੇ। ਜੇ ਜੁਡੀਸ਼ਰੀ ਟਾਈਮਲੀ ਸਜ਼ਾ ਦੇ ਦਿੰਦੀ ਉਹਨਾਂ ਨੂੰ, ਤਾਂ ਉਹ ਅੱਗੇ ਇਲੈਕਸ਼ਨ ਲੜ ਸਕਦੇ ਸੀਗੇ, ਉਹਨਾਂ ਦਾ ਪੋਲੀਟੀਕਲ ਕਰੀਅਰ ਖਤਮ ਹੋ ਜਾਂਦਾ।
तो मेरे हिसाब नाल ओ इन्फ्लुएंस जिहड़ा अज बीजेपी भी एक तरह छड़ रही है सेम मैनूं लगदा कांग्रेस ने भी किया होगा ता ही अज तक इंसाफ नहीं मिला। मैं एक होर एग्जाम्पल देना चाहना है तो ऑनरेबल सुप्रीम कोर्ट ने 186 केस खोले तो एक 3 मैंबर से कमेटी बनाती कि 6 महीने के अंदर रिपोर्ट दे पर बीजेपी सरकार ने सेंटर कमी ने बनानी थी वो 3 मैंबर पूरे नहीं होने दिते। लास्टली आम आदमी पार्टी तो एच एस फुलका जी एक पटीशन फाइल करनी पई कि भाई 3 मैंबर सरकार की इंटेंशन नहीं हैगी सेंटर कमीट की भी ये 3 मैंबर की लड़ नहीं तुम इन इनकुआरी कंप्लीट करने वास्ते कोई होर डिसीजन लो तो उन्होंने जो 2 मैंबर है मैं धन्यवाद करता उन्होंने सुप्रीम कोर्ट का कि वो 2 मैंबर की कमेटी ने उन्होंने वैलड करते हुए 2 महीने रिपोर्ट देने वास्ते कहा। सो यह क्लीयर दर्शाता है कि पॉलिटिक्स जी है वो जुडिशरी से कितना कितने प्रभाव पाने की कोशिश कर दी है ता ही उही रीजन है कि अज सानू इंसाफ तो दूरियां जिहड़ियां हैगियां 1984 दे जिहड़ा सिख कतलेआम होया उह दूरियां बणियां होईयां। चंजी ब्रदर दो सवाल है चंजी ब्रदर एक छोटी जी बेनती कर दियां बोलो एक प्रोसीडिंग दे विच प्रशांत भूषण जी सीनियर एडवोकेट सुप्रीम कोर्ट दे उन्होंने एफीडेविट फाइल किया सी ऑनरेबल सुप्रीम कोर्ट दे विच साढ़े 11 चीफ जस्टिस ऑफ इंडिया जिहड़े ने उह करप्ट रहे ने और उहदे उत्ते कंटेंप्ट प्रोसीडिंग्स दी उन्होंने धमकी दित्ती सी नहीं है ए कि जे मैं ये कह एक प्रामरू जंग बन रही है या इंस्टीट्यूशनल जंग बन रही है ये कोई दो राव नहीं चंदी ब्रदर दो सवाल थोड़े को एक आम आदमी पार्टी ने हुण एक गल कही है कि एस आई टी के मामले में जो केंद्र सरकार की भूमिका सी वह भी शक्की रही है एक कांग्रेस ने तुहाडे इल्जाम लाया कि तुसीं कमलनाथ नूं गुलदस्ते दिंदे रहे हो दो गल्लां जी जदों भारत सरकार के मंत्री सीगे ते उस वेले जे कोई स्टेट दे इब्ज दे विच किते सानूं मिलना पिया ते ओ मुख्यमंत्री साहब जाके मिले है। मैं एक बेनती कर दिया पर जे कोई जाति तौर पर आखे तो फिर असी जाति तौर पर उस वेले भी विरोध करते सी अज भी करते हैं और अगे भी करते रहेंगे क्योंकि ये 3-4 जिहड़े मुख्य भूमिका कार बंदे ने ये उन्हां चों ने एक गल दूजी मैं बेनती कर कन्फर्म है स्टेट दा ही मसला सीगा कुदरती गल है ना स्टेट दे तुसीं ये तां सरकार कोले रिकॉर्ड हुंदा है ਤੇ ਸਰਕਾਰ ਕੋਲੇ ਹਰ ਮੁੱਖ ਮੰਤਰੀ ਕਿੱਥੇ ਜਾਂਦਾ ਆ ਤਸਵੀਰ ਹੈਗੀ ਹੈ ਜਿੰਦਾ ਜ਼ਿਕਰ ਕਰ ਰਹੇ ਹਾਂ ਦਫ਼ਤਰ ਦੀ ਤਸਵੀਰ ਹੈ ਇਹ ਹਾਂ ਇਹ ਤਸਵੀਰ ਦਾ ਜ਼ਿਕਰ ਕਰ ਰਹੇ ਇੱਕ ਹੋਰ ਵੀ ਤਸਵੀਰ ਹੈਗੀ ਹੈ ਭਾਵੇਂ 5 ਹੋਣ ਕੋਈ ਹੁਣ ਮੈਂ ਕਹਿਣਾ ਕਿ ਜੇ ਦਫ਼ਤਰ ਤੋਂ ਬਿਨਾ ਕਿਤੇ ਮਿਲੇ ਹੋਣ ਤਾਂ ਫਿਰ ਅਸੀਂ ਜ਼ਿੰਮੇਵਾਰ ਹੈਗੇ ਇੱਕ ਦੂਜੀ ਮੈਂ ਬੇਨਤੀ ਇਹ ਕਰਦੇ ਹਾਂ ਕਿ ਜਿਹੜੀ ਆਮ ਆਦਮੀ ਪਾਰਟੀ ਆਪਦੇ ਸਿਰ ਸਿਹਰੇ ਬੰਨਣ ਨੂੰ ਫਿਰਦੀ ਰਹਿੰਦੀ ਹੈ ਕਿ ਜਿਹੜੀ ਪਹਿਲੀ ਫਾਂਸੀ ਹੋਈ ਆ ਜਾਂ ਜਿਹੜੇ ਕੇਸ ਸਾਟ ਆਊਟ ਹੁਣ ਦੇ ਨੇੜੇ ਜਾ ਰਹੇ ਆ ਇਹ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਬਣਾਈ ਸੀ ਇੱਕ ਇੱਕ ਵੱਖਰੀ ਹੋਰ ਸਿੱਟ ਬਣਨੀ ਸੀ ਜਿਹਦੇ 'ਚੋਂ ਤੀਜਾ ਮੈਂਬਰ ਚਲਾ ਗਿਆ ਸੀ ਉਹਦੇ 'ਚ ਕੋਈ ਦੋ ਰਾਇ ਨਹੀਂ ਕਿ ਉਹ ਦੁਬਾਰਾ ਕੋਰਟ 'ਚ ਗਿਆ ਕਿਉਂਕਿ ਮਾਨਯੋਗ ਕੋਰਟ ਦੇ ਹੁਕਮਾਂ ਮੁਤਾਬਕ ਹੀ ਬਣਾਈ ਸੀ ਅਤੇ ਜਿੰਨਾ ਚਿਰ ਕੋਰਟ ਦੇ ਕੋਲੇ ਨਾਮ ਨਹੀਂ ਜਾਂਦੇ ਤਾਂ ਉਹਨਾਂ ਚਿਰ ਗੱਲ ਜਿਹੜੀ ਆ ਉਹ ਫਿਰ ਨਹੀਂ ਸਿਰੇ ਲੱਗਣੀ ਚੰਗੀ ਗੱਲ ਹੈ ਕੋਰਟ ਨੇ ਦੋਵਾਂ ਨੂੰ ਅਲਾਓ ਕਰਤਾ ਹੁਣ ਪਹਿਲਾਂ ਇੱਕ ਸਿੱਟ ਕਰਦੀ ਸੀ ਹੁਣ ਇੱਕ ਸਿੱਟ ਹੋਰ ਕਰੇਗੀ ਅਤੇ ਜਲਦੀ ਇਨਸਾਫ ਮਿਲਣ ਦੀ ਉਮੀਦ ਹੈ ਕੇਵਲ ਢਿੰਗਰਾ ਦੇਖੋ ਜਿਹੜੀ ਗੱਲ ਇਹ ਬਾਦਲ ਸਾਹਿਬ ਦੀ ਛੁਪਾਉਣਾ ਚਾਹੁੰਦੇ ਆ ਉਹ ਮੈਂ ਕਲੀਅਰ ਕਰ ਦਿੰਦਾ ਉਹ ਹੋਟਲ ਦੇ ਮੁੱਦੇ ਦੇ ਵਿੱਚ ਗਏ ਸੀਗੇ ਕੋਈ ਹੋਟਲ ਦਾ ਮੁੱਦਾ ਨਹੀਂ ਬਾਦਲ ਸਾਹਿਬ ਤੁਸੀਂ ਹੋਟਲ ਵਾਲੇ ਇਲਜ਼ਾਮ ਲਾਏ ਕਿਹੜੇ ਹੋਟਲ ਦੀ ਗੱਲ ਕਰ ਰਹੇ ਤੁਸੀਂ ਸਰਕਾਰ
ਸਰਹੱਦ ਦੇ ਮਾਮਲੇ ਦੇ ਵਿੱਚ ਐਸ ਮੁੱਖ ਮਾਮਲਾ ਸੀ ਉਹ ਮਿਲਣ ਗਏ ਸੀ ਕੀ ਮਾਮਲਾ ਸੀ ਉਹ ਵੀ ਕੱਢ ਕੇ ਦੇ ਦਾਂਗੇ ਦੇ ਦਿਓ ਸਰ ਹੁਣ ਹੀ ਦੱਸੋ ਕੀ ਮਾਮਲਾ ਸੀ ਤੁਸੀਂ ਕੱਢ ਕੇ ਦਿਓਗੇ ਮੈਂ ਵੀ ਕੱਢ ਕੇ ਦਿਆਂਗਾ ਤੁਹਾਨੂੰ ਤੁਸੀਂ ਦਿਓ ਤੁਸੀਂ ਕੱਢ ਕੇ ਦਿਓਗੇ ਮੈਂ ਵੀ ਕੱਢ ਕੇ ਦਿਆਂਗਾ ਤੁਹਾਨੂੰ ਮੈਂ ਕੱਲ ਨੂੰ ਮੈਂ ਵੀ ਕੱਢ ਕੇ ਦਿਆਂਗਾ ਬਿਆਨ ਵਾਪਸ ਲਓ ਔਰ ਮੈਂ ਵੀ ਕੱਢ ਕੇ ਦਿਆਂਗਾ ਬਿਆਨ ਵਾਪਸ ਨਹੀਂ ਲਾਉਂਦਾ ਕੇਵਲ ਢਿੰਗੜਾ ਕੱਲ ਨੂੰ ਕੇਵਲ ਢਿੰਗੜਾ ਕੇਵਲ ਢਿੰਗੜਾ ਇੱਕ ਮਿੰਟ ਬੈਠੋ ਕੇਵਲ ਢਿੰਗੜਾ ਨਹੀਂ ਬਿਆਨ ਵੀ ਲਾਉਂਦਾ ਇਹ ਨਹੀਂ ਸਮਝੋ ਜਿੰਨਾ ਮਰਜ਼ੀ ਦਿਓ ਕੇਵਲ ਢਿੰਗੜਾ ਇੱਕ ਮਿੰਟ ਮੈਂ ਵੀ ਕੇਵਲ ਢਿੰਗੜਾ ਕੇਵਲ ਢਿੰਗੜਾ ਦੱਸ ਦਿਓ ਫਿਰ ਕੀ ਹੋ ਗਿਆ ਦਿਓ ਨੋਟਿਸ ਜਿੰਨਾ ਮਰਜ਼ੀ ਥੋੜੀ ਹੈ ਇਸ ਗੱਲ ਤੋਂ ਚਿੰਤਾ ਨਹੀਂ ਕਰਨੀ ਕੋਈ ਉੱਤੇ ਨਹੀਂ ਆੜੂ ਇਸ ਗੱਲ ਤੋਂ ਚਿੰਤਾ ਨਹੀਂ ਕਰਨੀ ਮੈਂ ਕਿ ਤੁਸੀਂ ਆਪਣੀ ਸਟੇਟਮੈਂਟ ਤੁਸੀਂ ਆਪਣੀ ਸਟੇਟਮੈਂਟ ਨਹੀਂ ਵਾਪਸ ਦਊਂਗਾ ਤੁਹਾਨੂੰ ਤੁਸੀਂ ਆਪਣੀ ਸਟੇਟਮੈਂਟ ਤੁਸੀਂ ਦੱਸੋ ਕਿਸ ਗੱਲ ਤੇ ਆਏ ਮੈਂ ਤੁਹਾਨੂੰ ਕੱਲ ਨੂੰ ਹੀ ਨੋਟਿਸ ਦਿਆਂਗਾ ਮੈਂ ਵੀ ਨੋਟਿਸ ਦਿਆਂਗਾ ਕਿਸ ਗੱਲ ਤੇ ਆਏ ਇੱਕ ਮਿੰਟ ਪਲੀਜ਼ ਬਾਦਲ ਸਾਹਿਬ ਉੱਥੇ ਕੀ ਕਰਨ ਗਏ ਸੀ ਇੱਕ ਮਿੰਟ ਪਲੀਜ਼ ਆਮ ਆਦੀ ਪਾਰਟੀ ਬਰਾੜ ਸਾਹਿਬ ਮਿਲਣ ਇੱਕ ਵਾਰੀ ਗਏ ਤੇ ਕਈ ਵਾਰੀ ਗਏ ਕਈ ਵਾਰੀ ਗਏ ਹੋ ਸਕਦੇ ਆ ਪੰਜਾਬ ਦੇ ਮਸਲਿਆਂ ਦੇ ਵਿੱਚ ਕਿੰਨੀ ਡਿਟੇਲ ਹੋ ਸਕਦੀ ਹੈ ਇੱਕ ਫੋਟੋ ਤਾਂ ਅਲੱਗ ਡਰੈਸ ਦਿਖਾ ਰਹੇ ਨੇ ਕੇਪੀ ਜੀ ਦੂਜੀ ਫੋਟੋ ਕੋਲ ਹੈ ਦੇਖੋ ਮੇਰੀ ਇੱਕ ਜੇ ਜਦੋਂ ਇਹਨਾਂ ਨੇ ਕਾਤਲ ਨੂੰ ਮੰਤਰੀ ਬਣਾਤਾ ਤੇ ਜੇ ਕੋਈ ਪੰਜਾਬ ਦਾ ਮਸਲਾ ਤਾਂ ਗਏ ਹੋਣਗੇ ਉਹ ਗਲਤ ਹੈ ਇਹ ਦੇਖ ਲਈ ਉੱਪਰ ਕਰੋ ਥੋੜਾ ਉੱਪਰ ਕਰਕੇ ਸਰਕਾਰ ਦੇ ਵਿੱਚ ਥੋੜੀ ਸੀ ਗਾਇਵੇਂ ਗੱਲਾਂ ਕਰੀਆਂ ਨੇ ਇਹ ਅਲੱਗ ਫੋਟੋ ਦੱਸਦੇ ਜਾਂਦੇ ਹੋਏ ਅਲੱਗ ਬੇਨਤੀ ਕਰਦਾ ਇੱਕ ਮਿੰਟ ਇੱਕ ਸਕਿੰਟ ਬੇਨਤੀ ਕਰਦਾ ਢਿੰਗੜਾ ਸਾਹਿਬ ਤੁਹਾਨੂੰ ਬੇਨਤੀ ਕਰਦਾ ਪਲੀਜ਼ ਫੋਰ ਗੋਡ ਸੇਕ ਇਹ ਮੈਟਰ ਤੁਸੀਂ ਕੋਰਟ 'ਚ ਲੈ ਜਾਓ ਤਾਂ ਕਿ ਕੋਰਟ 'ਚ ਥਰੈਡ ਬੇਅਰ ਇਹ ਡਿਬੇਟ ਹੋ ਜਾਵੇ ਡੈਲੀਬਰੇਟ ਹੋ ਜਾਵੇ ਤਾਂ ਕਿ ਇਸ ਮਸਲੇ ਦੇ ਉੱਤੇ ਇੱਕ ਨਿਰਣਾ ਆ ਜਾਵੇ ਕਿਉਂਕਿ ਇਹ ਬਹੁਤ ਵਾਈਟਲ ਗੱਲ ਆ ਜਿਹੜੀ ਤੁਸੀਂ ਮੁੱਦਾ ਉਠਾਇਆ ਬਰਾੜ ਸਾਹਿਬ ਨੇ ਮੁੱਦਾ ਉਠਾਇਆ ਬਹੁਤ ਹੀ ਵਾਈਟਲ ਗੱਲ ਆ ਔਰ ਉੱਧਰ ਵਾਲੀਆ ਸਾਹਿਬ ਨੇ ਮੁੱਦਾ ਉਠਾਇਆ ਮੈਂ ਸਮਝਦਾ ਇਹ ਮਸਲਾ ਤੁਸੀਂ ਰੱਬ ਦਾ ਵਾਸਤਾ ਕੋਰਟ 'ਚ ਲੈ ਜਾਓ ਮੈਂ ਦੋ ਚੀਜ਼ਾਂ ਡਾਟੇ ਲਓ ਮੈਂ ਦੋ ਸਾਲ ਤੁਹਾਨੂੰ ਕਰਨਾ ਚਾਹੁੰਦਾ ਡਾਟੇ ਲਓ ਇੱਕ ਤਾਂ ਜਿਹੜਾ ਇਹ ਮਸਲਾ ਤੁਸੀਂ ਗੱਲ ਕਹਿ ਰਹੇ ਹੋ ਇਹ ਕੋਰਟ ਵਿੱਚ ਤੁਸੀਂ ਕਿਹਾ ਵੀ ਲੈ ਜਾਓ ਇਹਨਾਂ ਨੂੰ ਇੱਕ ਸਿੱਖਾਂ ਦਾ ਮਸਲਾ ਹੈਗਾ ਜਿਹੜੇ ਗਵਾਲੀਅਰ ਦੇ ਵਿੱਚ ਸਿੱਖ ਵੱਸਦੇ ਹੈਗੇ ਆ ਮੱਧ ਪ੍ਰਦੇਸ਼ ਦੀ ਅਸੀਂ ਜੋ ਜ਼ਿਕਰ ਕਰਦੇ ਹੈਗੇ ਉੱਥੇ ਕਮਲਨਾਥ ਜੀ ਮੱਥਾ ਟੇਕਣ ਜਾਂਦੇ ਆ ਗੁਰਦੁਆਰਾ ਸਾਹਿਬ ਜਾਂਦੇ ਆ ਉੱਥੇ ਉਹਨਾਂ ਨੂੰ ਸਰੋਪਾ ਪਾਇਆ ਜਾਂਦਾ ਹੈਗਾ ਉਹਨਾਂ ਸਿੱਖਾਂ ਨੂੰ ਕਿਵੇਂ ਤੁਸੀਂ ਕਹੋਗੇ ਉਹਨਾਂ ਸਿੱਖਾਂ ਨੇ ਉੱਥੇ ਰਹਿਣਾ ਯੈਸ ਯੂ ਆਰ ਰਾਈਟ ਦੇਖੋ ਸਿੱਖ ਕੈਪਟਿਵ ਹੈਗੇ ਆ ਜਿਹੜੀਆਂ ਦੂਸਰੇ ਪ੍ਰੋਵਿੰਸਿਸ ਸਟੇਟਸ ਵਿੱਚ ਸਿੱਖ ਰਹਿੰਦੇ ਆ ਉਹਨਾਂ ਦੀ ਵਿਚਾਰਿਆਂ ਦੀ ਕੀ ਔਕਾਤ ਆ ਕਿਸੇ ਜਗ੍ਹਾ 1000 ਰਹਿ ਰਿਹਾ ਕਿਸੇ 500 ਮਿਜ਼ੋਰਮ ਦੇ ਵਿੱਚ ਕੀ ਹੋਇਆ ਤੋ ਇਹ ਸਾਰੀਆਂ ਗੱਲਾਂ ਦੇ ਵਿੱਚ ਉਹਨਾਂ ਨੇ ਆਪਣੀ ਸੇਫਟੀ ਤੇ ਸਿਕਿਉਰਿਟੀ ਕਿਉਂਕਿ ਦੇ ਹੈਵ ਏ ਵੈਰੀ ਬੈਡ ਐਕਸਪੀਰੀਅੰਸ ਵਟ ਹੈਜ਼ ਹੈਪਨ ਟੂ ਦ ਉੱਤਰਾਖੰਡ ਇੰਦੌਰ ਉਹੀ ਮੇਰੀ ਗੱਲ ਤਾਂ ਸੁਣੋ ਨਾ ਉਹਨਾਂ ਨੇ ਆਪਣੀ ਜਾਨ ਤਾਂ ਬਚਾਉਣੀ ਆ ਨਾ ਨਹੀਂ ਇਹ ਤਾਂ ਫਿਰ ਸਾਰੇ ਸਿਆਸਤ ਕਰਦੇ ਪਏ ਨਾ ਉਹਨਾਂ ਸਿੱਖਾਂ ਬਾਰੇ ਕੌਣ ਸੋਚ ਰਿਹਾ ਫਿਰ ਉਹ ਮੇਰੀ ਗੱਲ ਹੀ ਨਹੀਂ ਸਮਝੇ ਉਹ ਸਿੱਖ ਵਿਚਾਰੇ ਆਪਣੀ ਜਾਨ ਬਚਾਉਂਦੇ ਆ ਆਪਣੀ ਪ੍ਰਾਪਰਟੀ ਬਚਾਉਣੀ ਆ ਆਪਣੇ ਬੱਚਿਆਂ ਦੀ ਜਾਨ ਬਚਾਉਣੀ ਆ ਉਹਨਾਂ ਨੇ ਆਪਣਾ ਉੱਥੇ ਰਹਿਣਾ ਉਹ ਮਤਲਬ ਹੋ ਸਕਦਾ 100 ਸਾਲ ਤੋਂ ਉੱਥੇ ਰਹਿੰਦੇ ਆ 50 ਸਾਲ ਤੋਂ ਰਹਿੰਦੇ 40 ਸਾਲ ਤੋਂ ਰਹਿੰਦੇ ਇੱਕ ਮਿਨੋਰਿਟੀ ਨੇ ਦੁਨੀਆ ਦੇ ਵਿੱਚ ਐਗਜ਼ਿਸਟ ਕਰਨਾ ਆਪਣੀ ਸਕਿਨ ਨੂੰ ਸੇਵ ਕਰਕੇ ਤੋ ਇਸ ਕਰਕੇ ਜੇ ਉਹ ਵਿਚਾਰੇ ਉੱਥੇ ਗੁਰਦੁਆਰੇ ਦੇ ਵਿੱਚ ਉਹਨੂੰ ਗੁਲਦਸਤਾ ਦੇ ਤਾ ਜਾਂ ਕੁਛ ਕਰ ਦਿੱਤਾ ਆਈ ਡੋ ਨੋਟ ਨੋ ਵਟ ਹੈਜ਼ ਹੈਪਨਡ ਬਟ ਆਈ ਡੋ ਨੋਟ ਬਲੇਮ ਦੋ ਸਿੱਖਸ ਦੇ ਹੈਵ ਟੂ ਸੇਵ ਦੈਮਸੈਲਵਸ ਦੇ ਹੈਵ ਟੂ ਸੇਵ ਦੇਅਰ ਪ੍ਰੋਪਰਟੀ ਦੇ ਹੈਵ ਟੂ ਸੇਵ ਦੇਅਰ ਫੈਮਿਲੀਜ਼ ਸੋ ਇਸ ਕਰਕੇ ਆਈ ਡੋ ਨੋਟ ਬਲੇਮ ਦੈਮ ਐਟ ਆਲ ਕਿਉਂਕਿ ਉਹਨਾਂ ਦੀ ਮਜਬੂਰੀ ਆ ਉਹਨਾਂ ਦੀ ਕੰਪਲਸ਼ਨ ਆ ਸੋ ਇਸ ਕਰਕੇ ਉਹਨਾਂ ਨੇ ਐਗਜ਼ਿਸਟ ਕਰਨਾ ਦੁਨੀਆ ਦੇ ਵਿੱਚ ਹੋਰ ਵਿਚਾਰੇ ਕਰਨ ਕੀ ਠੀਕ ਹੈ ਹੋਰ ਛੋਟਾ ਜਿਹਾ ਵਕਫਾ ਲਵਾਂਗੇ ਵਕਫੇ ਤੋਂ ਬਾਅਦ ਵਾਪਸ ਆਵਾਂਗੇ ਕਮਲਨਾਥ ਕਤਲੇਆਮ ਤੇ ਕਲੇਸ਼ ਇਹ ਸਾਰੇ ਸਵਾਲ ਹੈਗੇ ਇਹਨਾਂ ਸਾਰੇ ਸਵਾਲਾਂ ਦੇ ਵਿਚਾਲੇ ਸਿਆਸਤ ਬਹੁਤ ਜ਼ਿਆਦਾ ਹੋ ਰਹੀ ਹੈ ਸਿਆਸਤ ਦੇ ਵਿਚਾਲੇ ਇਨਸਾਫ਼ ਦੀ ਕਿਰਨ ਜਦੋਂ ਜਾਗਦੀ ਹੈ ਉਦੋਂ ਫਿਰ ਸਿਆਸਤ ਆਉਂਦੀ ਹੈਗੀ ਹੈ ਅਤੇ ਇਨਸਾਫ਼ ਦੀ ਕਿਰਨ ਫਿਰ ਜਗਾਉਂਦੀ ਹੈਗੀ ਹੈ ਪਰ ਚੋਣਾਂ ਆਉਂਦੀਆਂ ਉਦੋਂ ਇਹ ਮਸਲੇ ਸਾਰੇ ਬਾਹਰ ਆ ਜਾਂਦੇ ਹੈਗੇ ਆ ਚੋਣ ਸਿਆਸਤ ਦਾ ਮੁੱਦਾ ਬਣਾ ਕੇ ਅਸਲ ਮੁੱਦੇ ਤੋਂ ਕਿਤੇ ਭਟਕਾਇਆ ਤਾਂ ਨਹੀਂ ਜਾ ਰਿਹਾ ਹੈਗਾ ਗਾ ਕਿਉਂਕਿ ਜਦੋਂ ਐੱਸ ਆਈ ਟੀ ਦੇ ਗਠਨ ਦੀ ਗੱਲ ਆਉਂਦੀ ਹੈ ਉਦੋਂ ਮੈਂਬਰ ਨਹੀਂ ਪੂਰੇ ਹੋ ਪਾ ਰਹੇ ਜਦੋਂ ਐਫੀਡੇਵਿਟ ਦੇਣਾ ਹੁੰਦਾ ਜਦੋਂ ਫਾਈਲਾਂ ਗੁੰਮ ਹੋ ਜਾਣ ਤਾਂ ਫਿਰ ਸਵਾਲ ਬਹੁਤ ਸਾਰੇ ਬਣਦੇ ਹੈਗੇ ਆ ਇਹ ਸਾਰੀ ਸਿਆਸਤ ਦੇ ਵਿਚਾਲੇ ਸਾਰੀਆਂ ਸਿਆਸੀ ਪਾਰਟੀਆਂ ਦੇ ਜੋ ਸਵਾਲ ਉੱਠ ਜਾਣ ਤਾਂ ਫਿਰ ਇਸ ਦੇਸ਼ ਦਾ ਬਸ਼ਿੰਦਾ ਇਹ ਕੌਮ ਦੇ ਬਸ਼ਿੰਦੇ ਆ ਜਿਹੜੇ ਉਹ ਕਿੱਥੇ ਜਾ ਕੇ ਦੇਖਣਗੇ ਕਿ ਸਾਨੂੰ ਇਨਸਾਫ ਦੇਵੇਗਾ ਕੌਣ ਫਿਰ ਤੋਂ ਵਾਪਸ ਆ ਰਹੇ ਸਵਾਲ ਕਿਉਂ ਪੁੱਛ ਰਹੇ ਅਸੀਂ ਸਵਾਲ ਅਸੀਂ ਇਹ ਪੁੱਛ ਰਹੇ ਹਾਂ 84 ਸਿੱਖ ਨਸਲਕੁਸ਼ੀ ਮਾਮਲਿਆਂ 'ਚ ਘਿਰੇ ਆਗੂਆਂ ਨੂੰ ਕਿਉਂ ਤਵੱਜੋ ਦੇ ਰਹੀ ਹੈ ਕਾਂਗਰਸ ਪੱਟੀ ਸਾਹਿਬ ਅਸੀਂ ਸਾਰੀ ਸਿਆਸਤ ਤੋਂ ਸਵਾਲ ਕਰ ਲਏ ਹੈਗੇ ਹਾਂ ਅਸੀਂ ਜੁਡੀਸ਼ਰੀ ਦੀ ਗੱਲ ਤੁਸੀਂ ਆਪ ਦੱਸੀ ਹੈਗੀ ਆ ਇਹ ਸਾਰੇ ਮਾਮਲੇ 'ਚ ਪੁਲਿਸ ਦੀ ਕੀ ਭੂਮਿਕਾ ਹੈਗੀ ਹੈ ਕਿਉਂਕਿ ਐੱਫ ਆਈ ਆਰ ਤਾਂ ਥਾਣੇ ਵਿੱਚ ਦਰਜ ਹੋਣੀ ਹੈ ਨਾ ਉੱਥੋਂ ਜਾ ਕੇ ਕੇਸ ਅੱਗੇ ਪਰਸਿਊ ਹੋਣੇ ਆ ਐੱਫ ਆਈ ਆਰ ਦਰਜ ਹੋਊਗੀ ਤਾਂ ਕੀ ਹੋਊਗਾ ਐੱਫ ਆਈ ਆਰ ਕਿੰਨੇ ਮਾਮਲੇ 'ਚ ਦਰਜ ਹੋਈ ਕਿੰਨੇ ਮਾਮਲੇ 'ਚ ਨਹੀਂ ਹੋਈ ਇਹ ਬਹੁਤ ਸਾਰੇ ਸਵਾਲ ਹੈਗੇ ਆ ਸਵਾਲ ਇਹ ਵੀ ਹੈਗੇ ਆ ਕਿ ਕੇਸ ਜਿਹੜੇ ਉਹ ਕਲੋਜ਼ਰ ਰਿਪੋਰਟ ਦੇ ਕੇ ਠੱਪ ਕਰ ਦਿੱਤੇ ਗਏ ਉਹਨਾਂ ਸਾਰੇ 'ਤੇ ਸਵਾਲ ਹੈਗੇ ਪੁਲਿਸ ਦੀ ਭੂਮਿਕਾ ਤਾਂ ਮੈਂ ਪੁੱਛਣਾ ਚਾਹੁੰਦਾ 1984 ਦੇ ਵਿੱਚ ਦਿੱਲੀ ਦੇ ਜੋ ਦੰਗੇ ਹੋਏ ਹੈ ਉਹਦੇ ਵਿੱਚ ਕਤਲੇਆਮ ਸ਼ਬਦ ਵਰਤੋ ਤੁਸੀਂ ਨਸਲਕੁਸ਼ੀ ਵਰਤੋ ਨਸਲਕੁਸ਼ੀ ਜੋ ਹੋਈ ਹੈ ਉਹਦੇ ਵਿੱਚ
दिल्ली दंगियां दे विच पुलिस दी अकाउंटेबिलिटी की सी इहदे उत्ते कोई सवाल नहीं उठिया। दिल्ली दंगियां दे विच पुलिस जिहड़ी सीगी दिल्ली पुलिस उसनू क्लीन चिट दित्ती गई और अफसरां नू नवाजिया गया जिवें अशरफियां दित्तियां गईयां जां तशफरियां दित्तियां गईयां। ਇਹ ਕੀ ਸੀ ਤਸ਼ਬੀਹਾਂ ਸੀ ਜਾਂ ਕੀ ਸੀ? ਇਹ ਇੱਕ ਐਨਕਰੇਜਮੈਂਟ ਹੈ ਸਾਰੇ ਹਿੰਦੁਸਤਾਨ ਦੀ ਪੁਲਿਸ ਲਈ ਵੀ ਤੁਸੀਂ ਜਿਸ ਪੋਲੀਟੀਕਲ ਪਾਰਟੀ ਨਾਲ ਮਿਲ ਕੇ ਕੋਈ ਵੀ ਰੰਗ ਰਲੀਆਂ ਮਨਾਉਂਦੇ ਹੋ ਤਾਂ ਤੁਹਾਨੂੰ ਉੱਚੇ ਅਹੁਦਿਆਂ 'ਤੇ ਨਵਾਜਿਆ ਜਾਏਗਾ ਔਰ ਤੁਹਾਨੂੰ ਕੋਈ ਅੱਖ ਚੱਕ ਕੇ ਨਹੀਂ ਦੇਖੇਗਾ। ਜਿਵੇਂ ਇੱਕ ਹਰਿਆਣਾ ਸਾਡਾ ਗੁਆਂਢੀ ਪ੍ਰਾਂਤ ਹੈ ਜਿਹਦੇ ਵਿੱਚ ਅਸੀਂ ਦੇਖੀਏ ਮੂਰਥਲ ਗੈਂਗ ਰੇਪ ਕੇਸ ਹੋਏ ਨੇ, ਅੱਜ ਤੱਕ ਹਾਈਕੋਰਟ ਦੇ ਵਿੱਚ ਹਰਿਆਣਾ ਸਰਕਾਰ ਨੇ ਇਹ ਦੱਸਣ ਦਾ ਯਤਨ ਨਹੀਂ ਕੀਤਾ, ਹਰਿਆਣਾ ਦੀ ਪੁਲਿਸ ਨੇ ਦੱਸਣ ਦਾ ਯਤਨ ਨਹੀਂ ਕੀਤਾ ਵੀ ਉਸ ਦੇ ਜਿਹੜੇ ਦੋਸ਼ੀ ਨੇ ਉਹ ਟਰੇਸ ਹੋਏ ਜਾਂ ਨਹੀਂ ਹੋਏ, ਤਫਤੀਸ਼ ਹੋਈ ਜਾਂ ਨਹੀਂ ਹੋਈ। ਇਹ ਤਫਤੀਸ਼ਾਂ ਕਿਹੋ ਜਿਹੀਆਂ ਕਰਦੇ ਨੇ? ਅਗਰ ਜੇ ਇਹ ਪੁਲਿਸ ਨੂੰ ਇਸੇ ਨੂੰ ਡਿਸਿਪਲਿਨਰੀ ਐਕਸ਼ਨ ਦੇ ਵਿੱਚ ਸਬਜੈਕਟ ਬਣਾਇਆ ਜਾਏ ਤਾਂ ਇਹ ਆਪਣੇ ਵਿੱਚ ਸਵਾਲ ਨਹੀਂ। ਠੀਕ ਠੀਕ ਹੈ, ਮੈਂ ਆਊਂਗਾ ਵਾਪਸ ਆਊਂਗਾ। ਚੰਨ ਸਿੰਘ ਬਰਾੜ, ਇੱਕ ਤੁਸੀਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ 'ਤੇ ਇਲਜ਼ਾਮ ਲਾਉਂਦੇ ਰਹੇ ਹੋ, ਕੇਜਰੀਵਾਲ ਸਰਕਾਰ 'ਤੇ ਇਲਜ਼ਾਮ ਲਾਉਂਦੇ ਰਹੇ ਹੋ ਕਿ ਇਹਨਾਂ ਨੇ ਫਾਈਲਾਂ ਗੁੰਮ ਕਰਤੀਆਂ। ਦੇਖੋ, ਇੱਕ ਇਲੈਕਸ਼ਨ ਵੇਲੇ ਬੜੀ ਜ਼ੋਰ ਸ਼ੋਰ ਨਾਲ ਕੇਜਰੀਵਾਲ ਸਾਹਿਬ ਨੇ ਮੁੱਦਾ ਚੁੱਕਿਆ ਸੀ ਕਿ ਮੈਂ ਇੱਕ ਸਿੱਟ ਬਣਾਊਂਗਾ ਔਰ ਮਾਨਯੋਗ ਸੁਪਰੀਮ ਕੋਰਟ ਨੇ ਹੀ ਪਹਿਲਾਂ ਜਿਹੜਾ ਸੀਗਾ ਇੱਕ ਰੈਫਰ ਕੀਤਾ ਸੀ ਕਿ ਇਹਦੇ 'ਤੇ ਤੁਰੰਤ ਜਿਹੜੀ ਆ ਕਾਰਵਾਈ ਜਿਹੜੀ ਆ ਕੀਤੀ ਜਾਵੇ, ਪਰ ਕੇਜਰੀਵਾਲ ਸਾਹਿਬ ਨੇ ਨਹੀਂ ਕੀਤੀ ਤਾਂ ਉਸ ਤੋਂ ਬਾਅਦ ਮੋਦੀ ਸਾਹਿਬ ਨੇ ਡਾਇਰੈਕਟਲੀ ਸਗੋਂ ਦੀ ਉਹ ਸਿੱਟ ਬਣਾਈ ਹੈ ਔਰ ਡਿਟੇਲ ਜੇ ਫਾਈਲ ਦੀ ਕਹੋ, ਫਾਈਲ ਦਾ ਨੰਬਰ ਦੂਜਾ ਤੀਜਾ, ਅੱਜ ਕੁਦਰਤੀ ਮੈਂ ਲੈ ਕੇ ਨਹੀਂ ਆਇਆ ਪਰ ਮੈਂ ਤੁਹਾਨੂੰ ਸਾਰੀ ਡਿਟੇਲ ਦੇ ਸਕਦਾ ਕਿ ਕਿੰਦੀ ਕਿਹੜੀ ਤਰੀਕ ਨੂੰ ਗਈ, ਇਹਨਾਂ ਦੇ ਰੈਜੀਡੈਂਸ 'ਤੇ ਮਾਰਕ ਹੋ ਕੇ ਗਈ ਅਤੇ ਰੈਜੀਡੈਂਸ 'ਤੇ ਇੱਕ ਸਾਲ ਤੱਕ ਉਹ ਉੱਥੇ ਹੀ ਰਹੀ, ਕਿਸੇ ਪਾਸੇ ਵਾਪਸ ਨਹੀਂ ਸੀ ਗਈ। ਇਹ ਇਲਜ਼ਾਮ ਸਿਆਸੀ ਹੈ ਜਾਂ ਤੁਸੀਂ ਇਹਨੂੰ ਪ੍ਰੂਫ ਕਰ ਸਕਦੇ ਹੋ? ਬਿਲਕੁਲ ਪ੍ਰੂਫ ਕਰ ਸਕਦੇ ਹਾਂ, ਪ੍ਰੂਫ ਕਰ ਸਕਦੇ। ਸਤਵੀਰ ਵਾਲੀਆ, ਐਵੇਂ ਨਹੀਂ ਸਟੇਟਮੈਂਟ ਕੋਈ ਦਿੰਦਾ। ਸਤਵੀਰ ਵਾਲੀਆ, ਤੁਸੀਂ ਤਾਂ ਸਾਰੀਆਂ ਪਾਰਟੀਆਂ ਦੇ ਸਵਾਲ ਚੁੱਕਦੇ ਪਏ, ਹੁਣ ਤੁਹਾਡੀ ਪਾਰਟੀ 'ਤੇ ਵੀ ਸਵਾਲ ਉੱਠਿਆ ਹੈਗਾ। ਮੈਂ ਕੇ ਪੀ ਤੁਹਾਨੂੰ ਗੱਲ ਦੱਸਦਾ, 2015 'ਚ ਦਿੱਲੀ ਦਾ ਪਹਿਲਾ ਜਿਹੜਾ ਵਿਧਾਨ ਸਭਾ ਸਪੈਸ਼ਲ ਸੈਸ਼ਨ ਇੱਕ ਦਿਨ ਵਾਸਤੇ ਬੁਲਾਇਆ ਗਿਆ, ਉਸ ਸੈਸ਼ਨ ਦੇ ਵਿੱਚ ਦੋ ਮੁੱਦੇ ਪਾਸ ਹੋਏ, ਕੈਬਨਿਟ ਦੇ ਦੋ ਮੁੱਦੇ ਉਸ ਸੈਸ਼ਨ ਦੋ ਮੁੱਦੇ ਵਿਧਾਨ ਸਭਾ ਨੇ ਪਾਸ ਕੀਤੇ। ਇੱਕ ਤਾਂ ਕੀਤਾ ਕਿ ਜਿਹੜਾ ਸਿੱਖ ਕਤਲੇਆਮ ਜਿਹੜਾ ਦਿੱਲੀ ਦਾ ਹੋਇਆ ਉਹਦਾ ਨਿੰਦਾ ਪ੍ਰਸਤਾਵ ਪਾਸ ਹੋਇਆ, ਦੂਜਾ ਸਿੱਟ ਬਣਾਈ ਗਈ। ਸਿੱਟ ਬਣਾ ਕੇ ਸਿੱਟ ਜਦੋਂ, ਕਿਉਂਕਿ ਸਾਡੇ ਕੋਲ ਪੁਲਿਸ ਨਹੀਂ ਹੈਗੀ, ਏ ਸੀ ਬੀ ਸੀਗੀ ਉਹ ਵੀ ਇਹਨਾਂ ਨੇ ਖੋਲ੍ਹੀ, ਸਾਡੇ ਕੋਲ ਸਿਰਫ ਹੋਮਗਾਰਡ ਹੈ, ਹੋਮਗਾਰਡ ਨਾਲ ਤੁਸੀਂ ਵੀ ਜਾਣਕਾਰ ਹੋ ਅਤੇ ਬਾਕੀ ਵੀ ਸਾਰੇ ਸੂਝਵਾਨ ਹੈ ਕਿ ਹੋਮਗਾਰਡ ਜਿਹੜਾ ਕੋਈ ਐੱਫ ਆਈ ਆਰ ਤੱਕ ਲਾਂਚ ਨਹੀਂ ਕਰਾ ਸਕਦਾ। ਉਹ ਫਿੱਟ ਬਣਾ ਕੇ ਐੱਲ ਜੀ ਕੋਲ ਭੇਜੀ ਗਈ ਕਿ ਸਾਨੂੰ ਫਲਾਣੇ ਫਲਾਣੇ ਔਫਿਸਰ ਜਿਹੜੇ ਆ ਉਹ ਪ੍ਰੋਵਾਈਡ ਕਰ ਦਿਉ। ਐੱਲ ਜੀ ਨੇ ਉਹ ਫਿੱਟ ਨੂੰ ਉੱਥੇ ਦਬਾ ਤਿਆ, ਦਬਾ ਕੇ ਸੈਂਟਰ ਕਮਿਟ ਨੇ ਔਰ ਇਹ ਕਿਹਾ ਕਿ ਇਹ ਫਿੱਟ ਨਹੀਂ ਬਣ ਸਕਦੀ। ਕਿਉਂ? ਕਿਉਂਕਿ ਇਸ 'ਚ ਸੈਂਟਰ ਏਜੰਸੀਜ਼ ਇਨਵੋਲਵ ਹੋਣਗੇ। ਚਲੋ, ਸੈਂਟਰ ਵਾਲੀ ਗੱਲ ਤੁਹਾਡੀ ਆ ਗਈ, ਐਸਆਈਟੀ ਵਾਲੀ ਗੱਲ ਤੁਹਾਡੀ ਆ ਗਈ, ਸਤਵੀਰ ਵਾਲੀ ਤੁਹਾਡੇ ਦੇ ਇਲਜ਼ਾਮ ਹੈ ਕਿ ਤੁਸੀਂ ਫਾਈਲ ਗੁੰਮ ਕੀਤੀ ਹੈ 84 ਨਾਲ ਰਿਲੇਟਡ। ਤੁਹਾਡੇ ਦੇ ਇਲਜ਼ਾਮ ਇਹ ਹੈ ਕਿ ਤੁਸੀਂ ਟਾਈਟਲ ਨੂੰ ਜੱਫੀਆਂ ਪਾਉਂਦੇ ਹੋ। ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਕੇਪੀ ਜੀ, ਹੁਣ ਇਲਜ਼ਾਮ ਲਗਾਉਣ ਵਾਲੇ ਲਗਾ ਰਹੇ, ਮੈਂ ਤਾਂ ਓਪਨ ਤੁਹਾਡੀ ਇਲਜ਼ਾਮ ਨਹੀਂ ਫੋਟੋਆਂ ਹੈ, ਮੈਂ ਲੈ ਕੇ ਨਹੀਂ ਆਇਆ ਫੋਟੋ। ਇੱਕ ਮਿੰਟ ਬੋਲ ਲੈਣ ਦਿਓ, ਆਪਣੀ ਗੱਲ ਬੋਲ ਦਿਓ। ਓਪਨ ਲਾਈਵ ਮੈਂ ਤੁਹਾਨੂੰ ਸਭ ਨੂੰ ਓਪਨਲੀ ਕਹਿੰਦਾ ਕਿ ਆਰਟੀਆਈ ਫਾਈਲ ਕਰੋ ਇੱਕ ਦਿੱਲੀ 'ਚ ਅਤੇ ਪਤਾ ਕਰੋ ਕਿ ਪ੍ਰੋਸੀਕਿਊਸ਼ਨ ਡਿਪਾਰਟਮੈਂਟ ਅਤੇ ਪੁਲਿਸ ਡਿਪਾਰਟਮੈਂਟ ਕਿਹਦੇ ਅੰਡਰ ਹੈ। ਪ੍ਰੋਸੀਕਿਊਸ਼ਨ ਡਿਪਾਰਟਮੈਂਟ ਜਿਹੜਾ ਹੈਗਾ ਉਹ ਜਿਹੜਾ ਸਰਕਾਰੀ ਵਕੀਲਾਂ ਦਾ ਅਧਾਰਾ ਹੁੰਦਾ ਹੈ ਅਤੇ ਪੁਲਿਸ ਡਿਪਾਰਟਮੈਂਟ ਜਿਹੜਾ ਹੈਗਾ ਉਹ ਸੈਂਟਰ ਕਮਿਟ ਦੇ ਅੰਦਰ ਹੈ, ਦੋਨੋਂ ਸੈਂਟਰ ਕਮਿਟ ਦੇ। ਤੁਸੀਂ ਕਹਿ ਰਹੇ ਹੋ ਇਹਨਾਂ ਇਲਜ਼ਾਮਾਂ ਵਿੱਚ ਕੋਈ ਸੱਚਾਈ ਨਹੀਂ ਹੈਗੀ? ਜਿਹੜੀ ਸਿੰਗਲ, ਮੈਂ ਕਹਿੰਦਾ ਆਰਟੀਆਈ ਫਾਈਲ ਕਰੋ, ਸਾਡੇ 'ਤੇ ਯਕੀਨ ਨਾ ਕਰੋ, ਆਰਟੀਆਈ ਫਾਈਲ ਕਰਕੇ ਚੈੱਕ, ਆਪੇ ਚੈੱਕ ਕਰਕੇ ਇਸੇ ਚੈਨਲ 'ਤੇ ਜਾਂ ਹੋਰ ਵੀ ਬਾਕੀ ਚੈਨਲ 'ਤੇ ਜਾ ਕੇ ਤੁਸੀਂ ਦਿਖਾਓ ਕਿ ਆਰਟੀਆਈ 'ਚ ਜੇ ਦਿੱਲੀ ਕਮਿਟੀ ਦੇ ਅੰਦਰ ਪ੍ਰੋਸੀਕਿਊਸ਼ਨ ਡਿਪਾਰਟਮੈਂਟ ਜਾਂ ਪੁਲਿਸ ਡਿਪਾਰਟਮੈਂਟ ਹੈਗਾ ਤਾਂ ਮੈਂ ਓਪਨਲੀ ਕਹਿੰਦਾ ਸੀ ਜ਼ਿੰਮੇਵਾਰ ਹੈ। ਪਰ ਜਿਹੜੀ ਵੀ ਫਾਈਲ ਹੈ, ਕੋਈ ਵੀ ਕ੍ਰਿਮੀਨਲ ਰਿਕਾਰਡ ਦੀ ਫਾਈਲ ਹੁੰਦੀ ਹੈ ਉਹ ਪ੍ਰੋਸੀਕਿਊਸ਼ਨ ਡਿਪਾਰਟਮੈਂਟ ਔਰ ਪੁਲਿਸ ਡਿਪਾਰਟਮੈਂਟ ਦੇ ਅੰਡਰ ਹੁੰਦੀ ਹੈ, ਨਾ ਕਿ ਉਹ ਸਟੇਟ ਕਮਿਟੀ ਦੇ ਅੰਡਰ ਜਿਹਨਾਂ ਕੋਲ ਹੋਮ ਗਾਰਡ ਹੋਵੇ। ਠੀਕ ਹੈ, ਚੰਗੀ ਗੱਲ ਹੈ। ਕੀ ਜਵਾਬ ਹੈ? ਲਾਸਟ ਪੁਆਇੰਟ ਲੈ ਲੈ। ਮੇਰੀ ਇੱਕ ਬੇਨਤੀ ਹੈ, ਅਸੀਂ ਦਿੱਲੀ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਹ ਮੁੱਦਾ ਉਠਾਇਆ ਸੀ, ਜੇ ਇੰਨੀ ਸੱਚਾਈ ਹੁੰਦੀ ਜਿਹੜੀ ਸਤਵੀਰ ਵਾਲੀਆ ਜੀ ਹੁਣ ਬੋਲ ਰਹੇ ਆ ਤਾਂ ਕੇਜਰੀਵਾਲ ਸਾਹਿਬ ਚੁੱਪ ਨਹੀਂ ਬੈਠ ਸਕਦੇ। ਆਰਟੀਆਈ ਪਾਓ ਨਾ, ਮੈਂ ਕਹਿ ਰਿਹਾ ਯਕੀਨ ਨਾਲ ਸਾਡੇ ਕੋਲੇ ਆਰਟੀਆਈ ਲਈ ਨਹੀਂ ਆ, ਤਾਂ ਹੀ ਤਾਂ ਕੇਜਰੀਵਾਲ ਬੋਲਿਆ ਨਹੀਂਗਾ। ਦਿਖਾਓ, ਮੈਂ ਦਿਖਾ ਦਾਂਗੇ ਨਾ ਹੁਣ ਤਾਂ ਹੀ ਇਸ ਮਸਲੇ ਤੇ, ਅੱਜ ਕਮਲਨਾਥ ਵਾਲੇ ਮਸਲੇ ਤੇ। ਚਲੋ ਸਤਵੀਰ ਵਾਲੀਆ, ਮੈਨੂੰ ਇਹ ਸਵਾਲ ਜਵਾਬ, ਸਤਵੀਰ ਵਾਲੀਆ ਮੇਰੀ ਫਿਰ ਤੁਹਾਡਾ ਕੇਜਰੀਵਾਲ ਚੁੱਪ ਕਿਉਂ ਹੈ? ਸਤਵੀਰ ਵਾਲੀਆ, ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ, ਤੁਸੀਂ ਸਾਨੂੰ ਸਾਡੇ ਤੇ ਡੈਫਾਮੇਸ਼ਨ ਪਾ ਦਿਓ। ਓਪਨ ਨਹੀਂ ਕਹਿ ਰਹੇ, ਤੇਰੇ ਓਪਨ ਨਹੀਂ ਕਰਨ ਨਾਲ ਕੀ ਹੈ? ਓਪਨ ਨਹੀਂ ਕਹਿ ਰਹੇ, ਕੇਜਰੀਵਾਲ ਨੇ ਡੈਫਾਮੇਸ਼ਨ ਕੀਤਾ। ਸਤਵੀਰ ਵਾਲੀਆ, ਉਸਨੇ ਪਾਰਟੀ ਦਾ ਡੈਫਾਮੇਸ਼ਨ ਕੀਤਾ, ਤੁਹਾਡਾ ਕੀ ਮੈਨਾਂ ਹੈ? ਸਤਵੀਰ ਵਾਲੀਆ, ਸਤਵੀਰ ਵਾਲੀਆ, ਕਮਲਨਾਥ ਤੇ ਇੱਕ ਮਿੰਟ, ਕਮਲਨਾਥ ਤੇ ਕੀਤੀ ਡੈਫਾਮੇਸ਼ਨ ਕਿਉਂ ਨਹੀਂ ਪਾਉਂਦੇ? ਸਤਵੀਰ ਵਾਲੀਆ, ਕਮਲਨਾਥ ਤੇ ਕੇਜਰੀਵਾਲ ਦਾ ਸਟੈਂਡ ਕੀ ਹੈ? ਕਮਲਨਾਥ ਤੇ ਕੇਜਰੀਵਾਲ ਜਿਹੜੀਆਂ ਜੱਫੀਆਂ ਪਾਉਂਦੇ ਸੀ ਅੱਗੇ ਹੱਥ ਮਿਲਾਉਂਦੇ ਸੀ ਐਂ ਕਰਕੇ, ਕੋਈ ਸਟੈਂਡ ਨਹੀਂ ਬੋਲਣ ਦੇ। ਇਹਨਾਂ ਨੂੰ ਬੋਲਣ ਦੇ, ਦੱਸੋ ਕਮਲਨਾਥ ਤੇ ਅਰਵਿੰਦ
ਇਹ ਜਿਹੜੇ ਹੈਗੇ ਆ ਇਹਨਾਂ ਨੂੰ ਕੋਈ ਵੀ ਕਾਂਗਰਸ ਪੋਸਟ ਪੋਜੀਸ਼ਨ ਦੇਣ ਦੀ ਬਜਾਏ ਉਹ ਕਾਰਵਾਈ ਕਰੇ, ਉਹ ਪੁਲਿਸ ਕਾਰਵਾਈ ਕਰੇ, ਬੀਜੇਪੀ ਜਿਹੜੀ ਸੈਂਟਰ 'ਚ ਉਹ ਕਾਰਵਾਈ ਕਰੇ, ਇਹਨਾਂ ਨੂੰ ਛੇਤੀ ਛੇਤੀ ਸਜ਼ਾ ਦਵਾਏ। ਪਰ ਤੁਸੀਂ ਗੱਲ ਕਹਿ ਰਹੇ ਹੋ ਕੇਜਰੀਵਾਲ ਜੀ ਦੀ ਗੱਲ ਕਰ ਰਹੇ ਹੋ, ਬਾਦਲ ਸਾਹਿਬ ਦੀ ਫੋਟੋ ਤਾਂ ਸਾਫ ਹੈ, ਇੱਕ ਬੇਨਤੀ ਇਹ ਹੈ। ਇੱਕ ਪੰਜਾਬੀ ਦੇ ਵਿੱਚ ਬੜੀ ਪ੍ਰਚਲਿਤ ਜਿਹੜੀ ਹੈ ਨਾ ਕਹਾਵਤ, ਅਖਾਣ ਜਾਂ ਕੁਛ ਵੀ ਕਹਿ ਲਓ, ਇਹ ਹੈ ਚੋਰੋਂ ਜਾਨੀ ਚੋਰੋਂ ਮਾਨੀ ਚੋਰੋਂ ਵਿਆਹ ਨੇ ਆਏ, ਧੰਨ ਉਹ ਸੁਨਾਈ ਨੂੰ ਜਿਹਨੇ ਚੋਰੋਂ ਚੋਰ ਮਿਲਾਏ। ਇਹ ਤੁਸੀਂ ਸਾਰੇ ਮਤਲਬ ਸਮਝਦੇ ਹੋ, ਮੈਂ ਇੱਕ ਲਾਸਟ ਪੁਆਇੰਟ ਕਰ ਦਊਂਗਾ ਚੋਰ ਦੱਸਦਾ ਤੇ ਆਪਦੀ ਜਿਹੜੀ ਉਹਨਾਂ ਦੀ ਕੈਟਾਗਰੀ ਹੈ, ਮੈਂ ਮਾਫੀ ਚਾਹੁੰਦਾ ਵਕੀਲ ਸਾਹਿਬ ਤੋਂ, ਜਿਹੜੇ ਜਿਹੜੀ ਜੁਡੀਸ਼ਰੀ ਤੇ ਇਹਨਾਂ ਨੇ ਸ਼ੁਰੂ ਚੁੰਗਲ ਚੱਕੀ ਸੀ, ਸਭ ਤੋਂ ਵੱਡੀ ਤਾਂ ਉੱਥੇ ਪੰਗਾ ਪਿਆ ਜੇ ਸੁਮੋਟੋ ਉੱਥੇ ਹੀ ਸੁਪਰੀਮ ਕੋਰਟ ਲੈ ਲੈਂਦੀ। ਇੱਕ ਗੱਲ ਤੁਸੀਂ ਕਹੀ ਸੀ ਢਿੱਲੋਂ ਸਾਹਿਬ ਨੇ ਕਹੀ ਸੀ ਕਿ ਵਾਜਪਾਈ ਸਾਹਿਬ ਬਾਹਰ ਕਿਉਂ ਨਹੀਂ ਆਏ, ਜੇ ਮੌਕੇ ਦਾ ਰਾਸ਼ਟਰਪਤੀ ਨਿਹੱਥਾ ਹੋਇਆ ਬੈਠਾ ਉਹਦੇ ਰਿਸ਼ਤੇਦਾਰਾਂ ਤੀਕਰ ਦੇ ਕਤਲ ਹੋ ਜਾਣ ਤੇ ਉਹਦਾ ਕੋਈ ਫੋਨ ਨਾ ਚੱਕੇ ਤੇ ਹੋਰ ਕਿਸੇ ਦੇ ਬਾਹਰ ਕੇਵਲ ਦੇਖ ਰਿਹਾ ਕੇਵਲ ਦੇਖ ਰਿਹਾ। ਇੱਕ ਸਵਾਲ ਤੁਹਾਡੇ ਤੇ ਹੈਗਾ, ਵੈਸੇ ਤੁਸੀਂ ਵੈਸੇ ਤੁਸੀਂ ਹਰਿਆਣਾ ਕਾਂਗਰਸ ਦੇ ਬੁਲਾ ਰਹੇ ਹੋ, ਪੰਜਾਬ ਕਾਂਗਰਸ ਦਾ ਬੁਲਾ ਰਹੇ, ਸਾਡੇ ਕੋਲ ਕੋਈ ਆਇਆ ਨਹੀਂ, ਮੈਂ ਉਹਨਾਂ ਨੂੰ ਕੋਈ ਕੇਵਲ ਚਟਨੀ ਦਿੰਦਾ ਕੇਵਲ ਦੇਖ ਰਿਹਾ, ਕੋਈ ਵੀ ਦੋਸ਼ੀ ਕੇਵਲ ਦੇਖ ਰਿਹਾ। ਸਵਾਲ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਮਲਨਾਥ ਦੀ ਨਿਯੁਕਤੀ ਤੇ ਕੁਝ ਬੋਲਣਗੇ ਕਿ ਨਹੀਂ ਬੋਲਣਗੇ? ਆਰਿਆ ਡਾਕਟਰ ਦੇਖੋ, ਮੈਂ ਤੁਹਾਨੂੰ ਇੱਕ ਗੱਲ ਕਹਿਣਾ, ਨਿਯੁਕਤੀ ਦੇ ਬੋਲਣ ਨਾ ਬੋਲਣ, ਪਰ ਮੈਂ ਇੱਕ ਚੀਜ਼ ਕਹਿਣਾ, ਬੀਜੇਪੀ ਔਰ ਅਕਾਲੀ ਦਲ ਬਹੁਤ ਵੱਡੀ ਸਿਆਸਤ ਕਰ ਰਹੀ ਹੈ ਇਹ ਮਾਮਲੇ ਦੇ ਵਿੱਚ, ਔਰ ਇਹਨਾਂ ਨੇ ਗਿਰਾਵਟ ਦੀ ਜਿਹੜੀ ਹੈ ਹੱਦ ਦੇਖੋ, ਇੱਦਾਂ ਹੈ ਕਿ ਵਕੀਲ ਸਾਹਿਬ ਕਹਿ ਰਹੇ ਨੇ ਕੋਰਟ ਦੇ ਜਿਹੜੇ ਕੇਸ ਲਗਾ ਕੇ ਉਹਨਾਂ ਨੂੰ ਬੀਜੇਪੀ ਸਰਕਾਰ ਜਿਹੜੀ ਹੈ ਉਹਨਾਂ ਦਾ ਰੋਲ ਪਾਇਆ ਗਿਆ, 48 ਆਦਮੀਆਂ ਦਾ ਰੋਲ ਦਿਖਦਾ ਉੱਥੇ, ਇਹ ਆਪਣਾ ਢਿੱਲੋਂ ਸਾਹਿਬ ਨੇ ਵੀ ਦੱਸਿਆ। ਉਸ ਤੋਂ ਬਾਅਦ ਵੀ ਇਹ ਜਿਹੜੇ ਹੈ ਉਸਦੇ ਉੱਤੇ ਸਿਆਸਤ ਕਰ ਰਹੇ ਆ, ਜੇ ਕਾਰਵਾਈ ਕਰਨੀ ਹੁੰਦੀ ਤਾਂ ਕਰਦੇ ਕਾਰਵਾਈ, ਕਿਉਂ ਨਹੀਂ ਕੀਤੀ ਅੱਜ ਤੱਕ ਕਾਰਵਾਈ? ਇਹ ਲੋਕ ਸਿਰਫ ਬੋਲਣ ਕਰਕੇ ਕਾਂਗਰਸ ਨੂੰ ਬਦਨਾਮ ਕਰਨ ਕਰਕੇ ਆਹੀ ਗੱਲਾਂ ਚੱਕਦੇ ਨੇ, ਅਦਰਵਾਈਜ਼ ਅਗਰ ਜੇ ਕੋਈ ਵੀ ਗੱਲ ਹੋਏਗੀ ਤਾਂ ਆਪਣੇ ਆਦਮੀਆਂ ਨੂੰ ਡਿਫੈਂਡ ਕਰਨ ਦਾ ਕੰਮ ਹੈ, ਦੂਜੇ ਆਦਮੀਆਂ ਦੇ ਅਗੇਂਸਟ ਬੋਲਣ ਦਾ ਕੰਮ ਹੈ। ਉਹ 48 ਆਦਮੀ ਕਿਆ ਗੱਲ ਤਾਂ ਉਹਨਾਂ ਦੇ ਉੱਤੇ ਕਾਰਵਾਈ ਕੇ ਲਈ ਕਿਉਂ ਨਹੀਂ ਅਕਾਲੀ ਦਲ ਬੋਲਦਾ? ਪਹਿਲਾਂ ਤਾਂ ਬਰਾੜ ਸਾਹਿਬ ਨੂੰ ਆਹ ਗੱਲ ਦੱਸਣਾ ਚਾਹੀਦਾ, ਤੁਸੀਂ ਕਿਉਂ ਨਹੀਂ ਅੱਜ ਤੱਕ 48 ਦੇਖੋ ਇਹ ਤਾਂ ਉਹ ਜਾਣਨ, ਪਰ ਜਿਹੜਾ ਇਨਸਾਨ ਆ ਜਿਸਦੇ ਵਿੱਚ ਹਿਊਮਨ ਮਾਈਂਡ ਆ, ਹਿਊਮਨ ਹਾਰਟ ਆ, ਉਹ ਇਸ ਗੱਲ ਨੂੰ ਜਿੰਨਾ ਪੜ੍ਹੇਗਾ, ਜਿੰਨਾ ਲਿਖੇਗਾ, ਜਿੰਨਾ ਸੁਣੇਗਾ, ਉਸਦਾ ਮਨ ਵੀ ਰੋਏਗਾ, ਉਸਦਾ ਸਰੀਰ ਵੀ ਕੰਬੇਗਾ, ਉਸਦੀ ਆਤਮਾ ਵੀ ਝੰਜੂੜੀ ਜਾਏਗੀ। ਆਹ ਪਰਸੋਂ ਚੌਥੀ ਮਿਸਟਰ ਬੇਦੀ ਨੇ ਬਹੁਤ ਹੀ ਕਮਾਲ ਦਾ ਲੀਡਿੰਗ ਆਰਟੀਕਲ ਲਿਖਿਆ ਇੰਗਲਿਸ਼ ਟ੍ਰਿਬਿਊਨ ਦੇ ਵਿੱਚ, ਉਹ ਪੜ੍ਹਨ ਵਾਲਾ। ਹੁਣ ਮੈਂ ਇੱਥੇ ਇੱਕ ਗੱਲ ਕਹਿਣੀ ਚਾਹੁੰਦਾ, ਇੱਕ ਪਾਸੇ ਕਾਂਗਰਸ, ਦੂਸਰੇ ਪਾਸੇ ਬੀਜੇਪੀ, ਇੱਕ ਤੀਸਰੀ ਪਾਰਟੀ ਹੈ ਜਿਹੜੀ ਅਕਾਲੀ ਦਲ ਆ। ਰਾਜੀਵ ਲੌਂਗੋਵਾਲ ਅਕਾਰਡ ਲਿਖਿਆ 1985 ਦੇ ਵਿੱਚ, ਕਿੰਨੇ ਖੂਨ ਖਰਾਬੇ ਤੋਂ ਬਾਅਦ ਲਿਖਿਆ, ਉਸ ਦੇ ਵਿੱਚ ਸਿਰਫ ਅਤੇ ਸਿਰਫ ਦਿੱਲੀ ਦੇ ਜਿਹੜਾ ਕਤਲੋਗਾਰਤ ਹੋਇਆ ਉਹਦੀ ਗੱਲ ਕੀਤੀ। ਫਿਰ ਲੋਕਾਂ ਨੇ ਰੌਲਾ ਪਾਇਆ, ਬਰਾੜ ਸਾਹਿਬ ਉਹ ਪੜ੍ਹ ਲੈਣਾ ਦੁਬਾਰਾ ਜਾ ਕੇ, ਉਸ ਦੇ ਵਿੱਚ ਜਦੋਂ ਰੌਲਾ ਪਾਇਆ ਤਾਂ ਉਹਨਾਂ ਨੇ ਕਾਨਪੁਰ ਅਤੇ ਬੁਖਾਰੋ ਵੀ ਵਿੱਚ ਐਡ ਕਰ ਦਿੱਤਾ ਰਾਜੀਵ ਗਾਂਧੀ ਨੇ। ਉਸ ਤੋਂ ਬਾਅਦ ਜਿਹੜਾ ਹੋਰ ਕਤਲੋਗਾਰਤ ਹੋਏ, ਗੱਡੀਆਂ ਦੀਆਂ ਗੱਡੀਆਂ ਸਾਫ਼ ਕਰਤੀਆਂ, ਹਰਿਆਣੇ ਵਿੱਚ ਕਿਤਨਾ ਕਤਲੋਗਾਰਤ ਹੋਇਆ, ਮੱਧਿਆ ਪ੍ਰਦੇਸ਼ ਦੇ ਵਿੱਚ ਕਿਤਨਾ ਕਤਲੋਗਾਰਤ ਹੋਇਆ, ਉਹ ਸਾਰੀਆਂ ਚੀਜ਼ਾਂ ਇਗਨੋਰ ਕਰਤੀ। ਸਿੱਖ ਫੌਜ ਦੇ ਜਿਹੜੇ ਆਫਿਸਰ ਸੀ ਸੁਣੋ, ਉਹਨਾਂ ਨੂੰ ਵੀ ਨਹੀਂ ਬਖਸ਼ਿਆ। 380 ਕਮਲਨਾਥ ਦੀ ਦਿੱਲੀ ਦੰਗਿਆਂ ਦੀ ਤੁਸੀਂ ਕਿੱਧਰ ਨੂੰ ਤੋਰੀ ਜਾਂਦੇ ਹੋ? ਰਿਟਨ ਡਾਕੂਮੈਂਟ ਜਿਸ ਦੇ ਵਿੱਚ ਕੋਈ ਮੂੰਹ ਜ਼ਬਾਨੀ ਗੱਲ ਨਹੀਂ ਹੈਗੀ, ਉਸ ਦੇ ਵਿੱਚ ਹਰ ਚੀਜ਼ ਦੇਖੀ ਜਾ ਸਕਦੀ ਹੈ, ਰਿਕਾਰਡਡ ਆ, ਪਬਲਿਸ਼ਡ ਆ, ਇੱਕ ਜਗ੍ਹਾ ਨਹੀਂ ਹਜ਼ਾਰਾਂ ਲੱਖਾਂ ਜਗ੍ਹਾ ਪਬਲਿਸ਼ਡ ਆ। ਹੁਣ ਇਸ ਦੇ ਵਿੱਚ ਦੇਖੋ ਬੜੀ ਮਤਲਬ ਟ੍ਰੈਜਡੀ ਵਾਲੀ ਗੱਲ, ਪ੍ਰੈਸ ਦਾ ਰੋਲ ਦੇਖੋ ਇਤਨਾ ਘਟੀਆ, ਖੂਨ ਕਾ ਬਦਲਾ ਖੂਨ ਮੈਂ, ਮਤਲਬ ਗਿਰੀ ਲਾਲ ਜੈਨ ਜਿਹੜਾ ਉਸ ਵੇਲੇ ਐਡੀਟਰ ਸੀ ਟਾਈਮਸ ਆਫ ਇੰਡੀਆ ਦਾ, ਉਸਨੇ ਇਤਨਾ ਘਟੀਆ ਰੋਲ, ਦੂਰਦਰਸ਼ਨ ਦਾ ਇਤਨਾ ਘਟੀਆ, ਔਰ ਇੱਥੋਂ ਤੱਕ ਗੱਲਾਂ ਕਹਿਤੀਆਂ ਵੀ ਗੱਡੀਆਂ ਭਰੀਆਂ ਆ ਰਹੀਆਂ ਹਿੰਦੂਆਂ ਦੀਆਂ ਲਾਸ਼ਾਂ ਦੀਆਂ ਪੰਜਾਬ ਦੇ ਨਾ ਪੰਜਾਬ ਤੋਂ ਦਿੱਲੀ ਦੇ ਵਿੱਚ, ਔਰ ਸਾਰੇ ਜਿਹੜੇ
खूह आ या टैंक आ पानी दे दिल्ली दे विच उहदे च सिखां ने जहर मिलाता मतलब सारी चीज़ इन्नी प्रोवोकेटिव की गई इंटेंशनली की गई सारा रोली सारे हुण प्रेम पार्टी प्रेम पार्टीए का इतना गंदा जिहड़ा ट्रिब्यून का एडिटर इन चीफ से उस वेले इन्ना घटिया ते गंदा रोल से तो मैं किस पासे असी रिलीफ देखिए आ मैं एक गल कहनी चाहना अखीर दे विच इको सेंटेंस गल खत्म कर दूंगा एक गल हिंदुस्तान की जिहड़ी स्टेट आ उसनू महंगी पएगी कि जिन्नी देर इस इशू दे उत्ते सिखां नू जस्टिस नहीं मिलता दुनिया विच सिख फैले हुए आ और उन्होंने अपने दिलों इस चीज़ नू मिटाउणा नहीं ਇਹ ਮੈਂ ਗੱਲ ਇੱਥੇ ਤੁਹਾਡੇ ਰਾਹੀਂ ਸਾਰੇ ਤੁਹਾਡੇ ਸਰੋਤਿਆਂ ਨੂੰ ਦੱਸਣੀ ਚਾਹੁੰਦਾ ਇਸ ਨੂੰ ਬੜੀ ਗੰਭੀਰਤਾ ਨਾਲ ਲੈਣਾ ਚਾਹੀਦਾ ਬੜੀ ਸੀਰੀਅਸਲੀ ਲੈਣੀ ਚਾਹੀਦੀ ਆ ਸਿੱਖ ਇਫੈਕਟਿਵ ਆ ਇਨ ਦੀ ਪੋਲੀਟਿਕਸ ਆਫ 4-5 ਬਿਗ ਕੰਟਰੀਜ਼ ਹੂ ਆਰ ਇਨਫਲੂਐਂਸ਼ਲ ਆਲ ਓਵਰ ਦੀ ਵਰਲਡ ਇਸ ਗੱਲ ਨੂੰ ਕੋਈ ਬਾਹਰ ਬੈਠਾ ਵੀ ਜਿਹੜਾ ਇਨਸਾਨ ਇਹ ਗੁੱਸਾ ਜਾਂ ਧਮਕੀ ਆ ਇਹ ਗੁੱਸਾ ਨਹੀਂ ਹੈ ਇਹ ਰਿਐਲਿਟੀ ਹੈ ਰਿਐਲਿਟੀ ਹੈ ਇਟ ਇਜ਼ ਅ ਫੈਕਟ ਜਿਹੜਾ ਫੈਕਟ ਆ ਉਹ ਸਮਝ ਲੈਣਾ ਚਾਹੀਦਾ ਫੈਕਟ ਨੂੰ ਜਿਹੜਾ ਬੰਦਾ ਇਗਨੋਰ ਕਰਦਾ ਉਹ ਹਮੇਸ਼ਾ ਪਛਤਾਤਾਪ ਕਰਦਾ ਇੱਕੋ ਸੂਬਾ ਸੀ ਉਸ ਵੇਲੇ ਵੈਸਟ ਬੰਗਾਲ ਦਾ ਜਿੱਥੇ ਦਾ ਚੀਫ ਮਿਨਿਸਟਰ ਸੀ ਉਹ ਬੜਾ ਹੀ ਅੱਛਾ ਇਨਸਾਨ ਸੀ ਔਰ ਬੇਚਾਰਾ ਹੀ ਇਜ਼ ਨੋ ਮੋਰ ਅਨਫੋਰਚੂਨੇਟਲੀ ਨਾਓ ਬਾਸੂ ਜਿਸ ਨੇ ਇੱਕਦਮ ਪੁਲਿਸ ਅਤੇ ਮਿਲਟਰੀ ਅਲਰਟ ਕਰਤੀ ਇੱਕ ਵੀ ਇੱਕ ਪੈਸੇ ਦਾ ਸਿੱਖ ਦਾ ਉੱਥੇ ਨੁਕਸਾਨ ਨਹੀਂ ਹੋਇਆ ਹਾਲਾਂਕਿ ਸਿੱਖ ਹਜ਼ਾਰਾਂ ਦੀ ਤਾਦਾਦ 'ਚ ਉੱਥੇ ਸਦੀਆਂ ਤੋਂ ਵਸਦੇ ਚਲੋ ਬਹੁਤ ਧੰਨਵਾਦ ਇੱਕ ਬੰਦਾ ਨਹੀਂ ਮਾਰਿਆ ਬਹੁਤ ਧੰਨਵਾਦ ਅਟਲ ਤੁਹਾਡਾ ਮੇਰੇ ਕੋਲ ਵਕਤ ਨਹੀਂ ਹੈ ਜਗਮਨ ਪੱਟੀ ਤੁਹਾਡਾ ਬਹੁਤ ਧੰਨਵਾਦ ਕੇਵਲ ਟਿੰਗ ਦਾ ਤੁਹਾਡਾ ਬਹੁਤ ਧੰਨਵਾਦ ਚੰਜੀਵ ਬਰਾੜ ਤੁਹਾਡਾ ਬਹੁਤ ਧੰਨਵਾਦ ਸਤਵੀਰ ਵਾਲੀਆ ਤੁਹਾਡਾ ਬਹੁਤ ਧੰਨਵਾਦ ਕਮਲਨਾਥ ਦੇ ਮੁੱਦੇ 'ਤੇ ਇਹ ਸਿਆਸਤ ਕੋਈ ਇਨਸਾਫ ਦਵਾ ਸਕੇਗੀ ਨਹੀਂ ਦਵਾ ਸਕੇਗੀ ਸਾਡਾ ਸਵਾਲ ਇਹੀ ਹੈਗਾ ਕਿਉਂਕਿ ਜੇ ਸਿਆਸਤ ਹੋ ਰਹੀ ਹੈ ਜੇ ਸਿਆਸਤ ਹੋਵੇ ਤਾਂ ਇਨਸਾਫ ਦਵਾਵੇ ਫਿਰ ਹੀ ਸਿਆਸਤ ਦਾ ਇਸ ਦਾ ਸਿੱਖ ਕੌਮ ਨੂੰ ਕੁਛ ਉਹਦੇ ਜ਼ਖਮਾਂ 'ਤੇ ਮਤਲਬ ਲੱਗ ਸਕਦਾ ਹੈਗਾ ਜੇ ਸਿਰਫ ਸਿਆਸਤ ਇਸ ਕਰਕੇ ਕਰਨੀ ਹੈਗੀ ਆ ਕਿ ਸਾਡੇ ਹੋਰ ਮੁੱਦਿਆਂ 'ਤੇ ਜ਼ਿਕਰ ਨਾ ਹੋਵੇ ਸਿਰਫ ਇਸ ਮੁੱਦੇ 'ਤੇ ਜ਼ਿਕਰ ਹੋਵੇ ਫਿਰ ਇਸ ਸਿਆਸਤ ਦਾ ਕੋਈ ਫਾਇਦਾ ਨਹੀਂ ਅਤੇ ਸਾਰਿਆਂ ਦੇ ਰੋਲ 'ਤੇ ਸਵਾਲ ਹੈਗਾ ਉਹਨਾਂ ਸਾਰਿਆਂ ਦੇ ਰੋਲ ਦੇ ਵਿਚਾਲੇ ਮੀਡੀਆ 'ਤੇ ਜਿਹੜੇ ਸਵਾਲ ਉੱਠੇ ਮੈਨੂੰ ਨਹੀਂ ਪਤਾ ਕਿਉਂਕਿ ਉਦੋਂ ਮੈਂ ਨਹੀਂ ਜਾਣਦਾ ਗਾ ਕਿ ਕਿਹੜੇ ਕਿਹੜੇ ਐਡੀਟਰ ਦਾ ਕੀ ਰੋਲ ਸੀ ਕਿਹੜੇ ਮੀਡੀਆ ਪਰਸਨ ਦਾ ਕੀ ਰੋਲ ਸੀ ਜੇ ਡਾਕਟਰ ਢਿੱਲੋਂ ਇਹ ਦਾਅਵਾ ਕਰ ਰਿਹਾ ਤਾਂ ਇਹਨਾਂ ਨੂੰ ਜ਼ਿਆਦਾ ਪਤਾ ਹੈਗਾ ਅਤੇ ਜੇ ਇਹੋ ਜਿਹਾ ਰੋਲ ਉਹਨਾਂ ਨੇ ਕੀਤਾ ਹੈਗਾ ਤਾਂ ਉਹਨਾਂ ਨੇ ਵੀ ਮੀਡੀਆ ਨੂੰ ਸ਼ਰਮਸਾਰ ਕੀਤਾ ਬਹੁਤ ਧੰਨਵਾਦ